ਲੇ ਮਿੱਤਰਾਂ ਦਾ ਡੋਲੇ ਨੀ ਬੰਬੀਹਾ ਬੋਲੇ ਬੰਬੀਹਾ ਬੋਲੇ ਗੀਤ ਪਿੱਛੇ ਜਿ ਆਇਆ ਸੀਗਾ ਹੈਨਾ ਤੁਸੀਂ ਉਹ ਗੀਤ ਸੁਣਿਆ ਬਿਲਕੁਲ ਜੀ ਸਿੱਧੂ ਮੂਸੇਵਾਲਾ ਬਿਲਕੁਲ ਉਹ ਗੀਤ ਸੁਣ ਕੇ ਆਪਣਾ ਗੀਤ ਯਾਦ ਆਇਆ ਜਾਂ ਤੁਹਾਡੇ ਜ਼ਿਹਨ ਚ ਆਇਆ ਵੀ ਦੌਰ ਕਿੰਨਾ ਬਦਲ ਗਿਆ ਹਾਂ ਉਹ ਗੀਤ ਮਤਲਬ ਜਦੋਂ ਆਪਣੇ ਵੀਰ ਨੇ ਗਾਇਆ ਅਸੀਂ ਮਤਲਬ 18 ਚ ਮੈਂ ਕਿਨੇ ਕੈਨੇਡਾ ਗਿਆ ਹੋਇਆ ਸੀ ਜੀ ਤੇ ਜਦੋਂ ਮੈਂ ਆਇਆ ਤੇ ਉਹ ਮੈਨੂੰ ਮਤਲਬ ਮੈਸੇਜ ਆਉਣ ਲੱਗੇ ਵੀ ਆ ਆਪਣਾ ਜਿਹੜਾ ਪੋਸਟਰ ਵੀ ਬਾਈ ਜੀ ਦਾ ਮਤਲਬ ਆ ਬੀ ਗੀਤ ਗਾਦਾ ਸਿੱਧੂ ਮੂਸੇਵਾਲਾ ਅਮਤਮਾਨ ਨੇ ਤੇ ਮੈਨੂੰ ਕੋਈ ਅਫਸੋਸ ਨਹੀਂ ਚਲੋ ਕੰਪੋਜੀਸ਼ਨ ਮੇਰੀ ਸੀ ਜੀ ਤੇ ਲੋਕ ਬੋਲੀ ਐ ਹਮ ਬੰਬੀਹਾ ਬੋਲੇ ਆਪਣੀਆਂ ਬੁੜੀਆਂ ਪੰਜਾਬ ਦੀਆਂ ਗਿੱਧਿਆਂ ਚ ਬੋਲੀਆਂ ਪਾਉਂਦੀਆਂ ਇਹਨਾਂ ਨਾਨਕੀਆਂ ਦਾ ਰੜੇ ਬੰਬੀਹਾ ਬੋਲੀਆਂ ਤੇ ਚਲੋ 베ਦਲ ਸਾਹਿਬ ਨੇ ਵੀ ਸਫਾਈ ਦਿੱਤੀ ਇਸ ਤੇ ਵੀ ਨਹੀਂ ਕੋਈ ਵੀ ਗਾ ਸਕਦਾ ਤੇ ਕੰਪੋਜੀਸ਼ਨ ਚਲੋ ਸੀ ਆਪਣੀ ਸੀ ਪ੍ਰਮਾਤਮਾ ਨੇ ਚਲੋ ਉਹਨੂੰ ਵੀ ਰੰਗ ਭਾਗ ਬਹੁਤ ਲਾਇਆ ਹੋ ਤੇਰੇ ਲਈ ਬੋਲਟ ਲਿਆ ਮੈਂ ਤੇਰੇ ਲਈ ਬੋਲਟ ਲਿਆ ਮੈਂ ਐਸੇ ਹੀ ਸਾਲ ਵਈ ਵਈ ਵਜਾ ਤੂੰ ਛਾਲ ਮਾਰ ਕੇ ਮੇ ਤੇਰਾ ਦੇ ਨਾਲ ਬਈ ਬਈ ਤੇਰੇ ਲਈ ਬੋਲਟ ਲਿਆ ਮੈਂ ਐਡੇ ਹਟ ਗੀਤ ਦੇ ਕੇ ਇੱਕੋ ਦਮ ਜਿੰਨਾ ਜੀ ਕਿੱਥੇ ਚਲੇ ਗਏ ਮੈਡਮ ਜੀ ਮੇਰਾ ਹੋਇਆ ਸੀ ਮਤਲਬ ਐਗਰੀਮੈਂਟ ਕੰਪਨੀ ਨਾਲ ਜੀ ਅੱਠ ਦੇ ਵਿੱਚ ਮੇਰੀ ਗੈਸੜਾਈ ਬਚਨ ਬੇਦਲ ਸਾਹਿਬ ਨੇ ਕੀਤੀ ਕੰਪਨੀ 뮤직 ਵੈਲੀ ਉਹਨਾਂ ਨੇ ਮੇਰੀਆਂ ਇੱਕ ਤੇ ਪਹਿਲੀ ਟੇਪ ਲਿਮੋਜ਼ਨ ਕੀਤੀ ਦੂਸਰੀ ਬੰਬੀਹਾ ਬੋਲੇਗੀ ਦੀ ਉਸ ਤੋਂ ਬਾਅਦ ਉਹਨਾਂ ਦੇ ਕੋਈ ਆਪਸ ਵਿੱਚ ਮਤਲਬ ਵਿੱਚ ਕੁਝ ਪ੍ਰੋਬਲਮ ਸੀ ਕੰਪਨੀ ਨੂੰ ਉਹਨਾਂ ਨੇ ਫਿਰ ਗੈਪ ਮਤਲਬ ਉੱਥੋਂ ਉਦੋਂ ਗੈਪ ਪਿਆ ਮੇਰਾ ਕਿ ਉਹਨਾਂ ਵੱਲੋਂ ਵੀ ਤੁਹਾਨੂੰ ਉਹ ਛੂਟ ਨਹੀਂ ਮਿਲ ਪਾਈ ਨਹੀਂ ਮਿਲੀ ਉਹਨਾਂ ਨੂੰ ਛੂਟ ਮਿਲੀ ਨਹੀਂ ਉਹਨਾਂ ਦਾ ਕੋਈ ਆਪਸ ਵਿੱਚ ਪ੍ਰੋਬਲਮ ਸੀ ਕੰਪਨੀ ਦੇ ਮਤਲਬ ਕੋਈ ਪਾਰਟਨਰਸ਼ਿਪ ਸੀ ਉਹਨਾਂ ਦੀ ਹਾਂ ਆਪਸ ਵਿੱਚ ਉਹਨਾਂ ਦੀ ਪ੍ਰੋਬਲਮ ਆ ਗਈ ਉਹਦੇ ਵਿੱਚ ਮਤਲਬ ਜਿਹੜਾ ਨੁਕਸਾਨ ਹੋਇਆ ਉਹ ਮੈਨੂੰ ਹੋਇਆ ਮਾੜਾ ਦੌਰ ਬਹੁਤ ਚੱਲਿਆ ਜੀ ਹੁਣ ਤੱਕ ਚੱਲਿਆ ਹੂੰ ਚਲੋ ਪ੍ਰੋਗਰਾਮ ਚੱਲਦੇ ਚੱਲਦੇ ਰਹੇ ਪਰ ਜਦੋਂ ਮਤਲਬ ਇੱਕਦਮ ਤੁਸੀਂ ਹਿੱਟ ਹੋ ਗਏ ਤੁਹਾਡਾ ਗੈਪ ਪੈ ਜਾਂਦਾ ਤੇ ਜਿਹੜਾ ਤੁਹਾਡਾ ਰੇਟ ਪਹਿਲਾਂ ਬਣਿਆ ਹੁੰਦਾ ਉਹ ਥੋੜਾ ਜਦੋਂ ਗੈਪ ਪੈ ਜਾਂਦਾ ਰੇਟ ਨਹੀਂ ਤੁਹਾਨੂੰ ਮਿਲਦਾ ਉਹ ਜੀ ਤੇ ਫਿਰ ਉਹ ਤੋਂ ਪ੍ਰੋਬਲਮ ਆਉਂਦੀ ਆ ਤੇ ਬਹੁਤ ਆਈਆਂ ਮੈਨੂੰ ਪ੍ਰੋਬਲਮਾਂ ਹੁਣ ਕੀ ਪਲਾਨਿੰਗ ਹੈ ਹੁਣ ਲੈ ਕੇ ਕੀ ਆ ਰਹੇ ਹੋ ਵੱਖਰਾ ਆਡੀਅנס ਲਈ ਹੁਣ ਇੰਦੀ ਬਲਿੰਗ ਰੈਕੋਰਡਸ ਨਾਲ ਮੇਰਾ ਐਗਰੀਮੈਂਟ ਹੋ ਗਿਆ ਹਾਂ ਹੁਣ ਜਿੰਨੇ ਮੇਰੇ ਗਾਣੇ ਆਉਣਗੇ ਸਾਰੇ ਬਾਈ ਜੀ ਨਾਉਣਗੇ ਕਈ ਸੁਣਨ ਵਾਲਿਆਂ ਨੂੰ ਲੱਗਣਾ ਹੈ ਵੀ ਲੈ ਹਜੇ ਤੇ ਰੋਲਾ ਚੱਲ ਹੀ ਰਿਹਾ ਸੋਸ਼ਲ ਮੀਡੀਆ ਤੇ ਇੰਨਾ ਵਾਇਰਲ ਹੈ ਹਸਨ ਮਾਨਿਕ ਤੇ ਇੰਦੀ ਬਲਿੰਗ ਜੀ ਦਾ ਤੁਸੀਂ ਕਿਦਾਂ ਯਕੀਨ ਕਰ ਲਿਆ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਕਦੋਂ ਤੋਂ ਜੁੜੇ ਹੋਏ ਹੋ ਤੇ ਕਿਹੜੇ-ਕਿਹੜੇ ਪੈਰ ਤੇ ਉਹ ਤੁਹਾਡੇ ਨਾਲ ਖੜੇ ਨੇ ਤੇ ਕਿਹੜਾ ਉਹ ਯਕੀਨ ਬਣਿਆ ਕਿ ਤੁਸੀਂ ਸਾਰਾ ਕੁਝ ਵੇਖਦਿਆਂ ਹੋਇਆ ਵੀ ਉਹਨਾਂ ਦੇ ਨਾਲ ਸਾਈਨ ਹੋਏ ਹੋ ਹਾਂ ਜਦੋਂ ਮੇਰਾ ਐਗਰੀਮੈਂਟ ਬਾਈ ਨਾਲ ਹੋਇਆ ਮਤਲਬ ਉਸਤਾਰਾਂ ਵਿੱਚ 2 ਸਾਲ ਮੈਂ ਕੰਮ ਕੀਤਾ ਪਰ ਮੈਨੂੰ ਕਦੇ ਜਦੋਂ ਮੈਂ ਪ੍ਰੋਮ ਲਾਉਂਦਾ ਸੀ ਮੈਂ ਬਾਈ ਨੂੰ ਦੱਸਦਾ ਸੀ ਬ 20000 ਰੁਪਇਆ ਤੇ 30000 ਰੁਪਇਆ ਕਿ ਬਾਈ ਮੈਨੂੰ ਲੋੜ ਹੈ ਮੈਨੂੰ ਅੱਜ ਤੱਕ ਮੇਰੇ ਬਾਈ ਜੀ ਨੇ ਕਦੇ ਆਏ ਨਹੀਂ ਗਏ ਸੀ ਕਿ ਆਪ ਤੂੰ ਮੈਨੂੰ ਪੈਸੇ ਲੈ ਕੇ ਜਾ ਜਾਣਾ ਕਰ ਦੋ ਤੇ ਕਹਿੰਦਾ ਗੂਗਲ ਨਹੀਂ ਜੇ ਤੂੰ ਤੰਗ ਹੈ ਤੂੰ ਆਪਦਾ ਘਰ ਦਾ ਖਰਚਾ ਚਲਾ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਹਾਂ ਇਸੇ ਕਰਕੇ ਅਜੇ ਬਾਈ ਨਾਲ ਜੁੜੇ ਹੋਏ ਤੇ ਹੁਣ ਜਿਹੜੀਆਂ ਗੱਲਾਂ ਬੱਖ-ਬੱਖ ਸੋਨਾਂ ਨੂੰ ਮਿਲ ਰਹੀਆਂ ਨੇ ਠੀਕ ਹੈ ਤੂੰ ਤੁਸੀਂ ਐਸ ਐ ਛੋਟੇ ਭਾਈ ਹੋਣ ਦੇ ਨਾਤੇ ਆ ਵੱਡੇ ਭਾਈ ਹੋਣ ਦੇ ਨਾਤੇ ਤੁਸੀਂ ਇੰਦੀ ਬਲਿੰਗ ਲਈ ਕੀ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਫੈਲੀਆਂ ਹੋਈਆਂ ਚੀਜ਼ਾਂ ਨੂੰ ਵੇਖਦੇ ਕਲਾਕਾਰ ਨਾਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਤੋਂ ਤੁਹਾਡੇ ਦਿਮਾਗ ਦੇ ਵਿੱਚ ਕੀ ਥੌਟਸ ਆਉਂਦੇ ਨੇ ਮੈਂ ਐਕਟਲੀ ਪਤਾ ਕੀ ਚੀਜ਼ ਕਲਾਕਾਰ ਦੇਖੋ ਪ੍ਰੋਡਿਊਸਰ ਨੇ ਪੈਸੇ ਲਾਉਣੇ ਆ ਆਪਦਾ ਘਰ ਵੇਚ ਕੇ ਸਿੰਗਰ ਨੂੰ ਖੜਾ ਕਰਨਾ ਹੈ ਮੈਂ ਹੀ ਮੈਂ ਬੈਠਾ ਤੁਹਾਡੇ ਸਾਹਮਣੇ ਮੈਨੂੰ ਅੱਜ ਤੋਂ ਪਹਿਲਾਂ ਕੋਈ ਪੁੱਛ ਨਹੀਂ ਰਿਹਾ ਸੀ ਕੋਈ ਨਹੀਂ ਮੇਰੇ ਤੇ ਪੈਸਾ ਲਾ ਰਿਹਾ ਸੀ ਅੱਜ ਹੁਣ ਜੇ ਮੈਨੂੰ ਇਹਨਾਂ ਨੇ ਖੜਾ ਕੀਤਾ ਤੇ ਸਤਾਰ ਮੈਨੂੰ ਬਣਾਉਣਗੇ ਬਣ ਗਏ ਤੇ ਜੇ ਉਸ ਤੋਂ ਬਾਅਦ ਮੈਂ ਮਤਲਬ ਜੇ ਛੜਾ ਮਰੂਗਾ ਤਾਂ ਫਿਰ ਮੇਰੇ ਮੇਰੇ ਵਾਸਤੇ ਮਾੜੀ ਗੱਲ ਹੋਊਗੀ ਜੀ ਮੈਂ ਆਨ ਆਨ ਰਿਗਾਰਡ کہہ ਰਹੇ ਤੁਹਾਡੀ ਵੋਕਲ ਅੱਜ ਕਹਿੰਦੇ ਨੇ ਵੀ ਇੱਕ ਦੀ ਜ਼ੋਰ ਤੇ ਗਾਉਣ ਵਾਲੇ ਬੜੇ ਘੱਟ ਰਹਿ ਗਏ ਨੇ ਅਖਾੜਿਆਂ 'ਚ ਹੀ ਵੈਸੇ ਜਿਹੜੀ ਚੀਜ਼ ਆ ਜ਼ਿਆਦਾ ਫੀਲ ਕੀਤੀ ਜਾ ਸਕਦੀ ਹੈ ਕਿੰਨੀ ਕ ਗਿਰਾਵਟ ਆਈ ਜਦੋਂ ਥੋੜਾ ਜਿਹਾ ਕੰਮ ਰੁਕਿਆ ਸ਼ੋਅਸ ਦੇ ਵਿੱਚ ਕਹਿ ਲਈਏ ਜਾਂ ਪੇਮੈਂਟਸ ਦੇ ਵਿੱਚ ਕਹਿ ਲਈਏ ਕਿ ਉਹ ਡਾਊਨਫਾਲ ਵੀ ਤੁਸੀਂ ਫੇਸ ਕੀਤਾ ਬਿਲਕੁਲ ਜੀ ਬਿਲਕੁਲ ਮੈਂ ਮਤਲਬ 10 10000 ਵੀ ਪ੍ਰੋਮ ਲਾਇਆ ਹੋਇਆ 11 11000 ਜੀ ਮੇਲੇ ਤੇ ਜਾਣਾ ਮਜਿਸ਼ੀਨ ਉੱਥੇ ਲੱਗੇ ਹੋਣੇ ਜਿਵੇਂ ਤੁਸੀਂ 4 4 ਘੰਟੇ ਗਾਉਂਦੇ ਹੋ ਹਾਂ ਜੀ ਉੱਥੇ ਮਤਲਬ ਕੁੜੀ ਵੀ ਨਾਲ ਹੋਣੀ ਉਹਦੇ ਨਾਲ ਵੀ ਮਤਲਬ ਵਿਚਾਰੀ ਨਾਲ ਸਮਝੌਤਾ ਕਰਨਾ ਵੀ ਚਲ ਵੀਰੇ ਦੂ ਘੱਟ ਲੈ ਲਾ ਪਏ ਵੀ ਆਪਾਨੂੰ 11000 ਰੁਪਏ ਮਿਲਿਆ ਕੋਈ ਜਾਂ ਨਹੀਂ ਛੋੜੇ ਹਸਤ ਕਰਨਾ ਪੈਣਾ ਦੋ ਕੋਰਸ ਵਾਲੇ ਹੋਣੇ ਜੀ ਫਿਰ ਆਪਦੀ ਗੱਡੀ ਦਾ ਖਰਚਾ ਆਉਣਾ ਕਈ ਵਾਰੀ ਤਾਂ ਮਤਲਬ ਜੇ ਵੀ ਹਿਸਾਬ ਕਰਨਾ ਉਹ ਮਤਲਬ 11 ਚੋਂ ਜਾਂ 12 ਚੋਂ ਤਾਂ 1100 ਰੁਪਏ ਬਚਣਾ ਜਾਂ 1500 ਬਚਾ ਜੀ ਪਰੋਧ ਨਹੀਂ ਬਸ ਟਾਈਮ ਪਾਸ ਕਰਦੇ ਨੇ ਅੱਛਾ ਮੇਲਿਆਂ ਦਾ ਮਾਹੌਲ ਹੈ ਦੱਸੋ ਪਹਿਲੇ ਕਿੰਨਾ ਕੁ ਬਦਲਿਆ ਹੈ ਮੇਲਿਆਂ ਦਾ ਮਾਹੌਲ ਬਦਲ ਗਿਆ ਕਿੰਨਾ ਕੁ ਉਹ ਪਹਿਲਾਂ ਸੁਣਨ ਵਾਲੇ ਹੁੰਦੇ ਸੀ ਅੱਛਾ ਜੀ ਜਿਹੜੇ ਸਰੋਤੇ ਹੁੰਦੇ ਸੀ ਉਹ ਸੁਣਨ ਵਾਲੇ ਹੁੰਦੇ ਸੀ ਹੁਣ ਮਤਲਬ ਸੁਣਦੇ ਘੱਟ ਹੈ ਸ਼ੋਸ਼ ਰੱਬਾ ਜ਼ਿਆਦਾ ਹੂੰ ਮਤਲਬ ਮਾਹੌਲ ਸਾਰਾ ਚੇਂਜ ਹੋ ਗਿਆ ਮੈਟਰੀ ਸਾਰਾ ਚੇਂਜ ਚੇਂਜ ਹੋ ਗਿਆ ਜੀ ਜੇ ਤੁਸੀਂ ਮਤਲਬ ਬੰਦੂਕ ਵਾਲਾ ਗੀਤ ਨਾ ਗਾਓਗੇ ਸਤੇ ਇਤੇ ਯਾਰ ਵੀ ਨਹੀਂ ਨਮਾ ਦਿੰਦੇ ਤਾਂ ਤੁਹਾਨੂੰ ਲੋਕ ਮਤਲਬ ਉਹ ਕਰ ਦਿੰਦੇ ਆ ਜੇ ਹੁਣ ਫਿਰ ਤੁਹਾਨੂੰ ਪਤਾ ਹੀ ਹੈ ਜੀ ਜੇ ਹੁਣ ਗੰਨਾਂ ਵਾਲੇ ਗੀਤ ਗਾਵਾਂਗੇ ਤਾਂ ਫਿਰ ਤੁਸੀਂ ਰਾਤੇ ਰਾਤ ਹਟੋ ਜਾਂਦੇ ਟਿੱਕੀ ਹੋਣਾ ਚਾਹੀਦਾ ਤੇ ਉਧਰ ਹੋਰ ਵਿਸ਼ੇ ਬਹੁਤ ਹੈ ਜੀ ਪੰਜਾਬ ਦੇ ਵਿੱਚ ਗੀਤਕਾਰ ਵੀ ਮਤਲਬ ਕੁਝ ਵੀ ਤੁਸੀਂ ਗੀਤਕਾਰ ਤੋਂ ਤੁਸੀਂ ਕੁਝ ਵੀ ਲਿਖਵਾ ਸਕਦੇ ਹੂੰ ਕੁਝ ਵੀ ਜੀ ਕੋਈ ਜ਼ਰੂਰੀ ਨਹੀਂ ਮਤਲਬ ਵੀ ਆਪਾਂ ਜਾਂ ਨਸ਼ੇ ਤੇ ਜਾਂ ਗੰਨ ਤੇ ਵੀ ਆ ਪੈਸੇ ਤੇ ਹੋਰ ਵਿਸ਼ੇ ਬਹੁਤ ਪਏ ਨੇ ਜੀ ਤੁਸੀਂ ਐਸੇ ਗਨ ਕਲਚਰ ਨੇ ਤੁਹਾਡੇ ਮਾਂਸੇ ਬਠਿੰਡੇ ਦਾ ਇੱਕ ਨੌਜਵਾਨ ਉਹ ਕਲਾਕਾਰ ਲੈ ਲਿਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਸ ਸਮਾਂ ਵੀ ਸਾਰੇ ਦੇ ਦਿਮਾਗ ਚ ਤਾਂ ਸਭ ਪੰਜਾਬੀਆਂ ਨੂੰ ਅਫਸੋਸ ਹੋ ਸਾਡੇ ਛੋਟੇ ਵੀਰ ਦਾ ਨਾ ਤੇ ਸੰਦਬ ਹੰਡਾਈ ਜਾਂਦੇ ਆਪਾਂ ਹੁਣ ਵੀ ਹੰਡਾ ਰਹੇ ਹਾਂ ਉਸ ਚੀਜ਼ ਦਾ ਕੁਝ ਮਤਲਬ ਬਾਕੀ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਹੋਈ ਹੋਣਾ ਪ੍ਰਮਾਤਮਾ ਮੇਰੇ ਵੀਰ ਨੂੰ ਸੱਚੇ ਪਾਤਸ਼ਾਹ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਕਹਿੰਦੇ ਕੁਝ ਚੀਜ਼ਾਂ ਦੇ ਦੌਰ ਨਾਲ ਕਦੇ ਨਹੀਂ ਬਦਲਦੇ ਖਾਸ ਕਰ ਕਲਾ ਦੇ ਹੁਣ ਤੁਸੀਂ ਵੇਖੋ ਕਿ ਕਿੰਨੇ ਪ੍ਰਾਣੇ ਪ੍ਰਾਣੇ ਗੀਤ ਹੈ ਅੱਜ ਵੀ ਅਸੀਂ ਉਹਨੇ ਚੈਨਲ ਸੁਣਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਉਹਨਾ ਗੀਤਾਂ ਨੂੰ ਗਾਉਣ ਵਾਲੇ ਸਾਨੂੰ ਮਿਲ ਜਾਂਦੇ ਨੇ ਸੋ ਜਰਨੀ ਕਿੱਦਾ ਦੀ ਰਹੀ ਕਿੱਥੇ ਚਲੇ ਗਏ ਸੀ ਵਾਪਸ ਕਿੱਦਾ ਆ ਰਹੇ ਹੋ ਕੀ ਕਰ ਰਹੇ ਹੋ ਇਹ ਗੱਲਾਂ ਨਾ ਬੜੀਆਂ ਜੱਜਦੀਆਂ ਨੇ ਦਿਲ ਨੂੰ ਖਾਸ ਕਰ ਜਿਨ੍ਹਾਂ ਦਾ ਮੇਰੇ ਵਾਂਗੂ ਗਾਇਕੀ ਦੇ ਨਾਲ ਖਾਸਾ ਪਿਆਰ ਹੁੰਦਾ ਸੋ ਅੱਜ ਸਾਡੇ ਨਾਲ ਨੇ ਉਹ ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਗਾਣੇ ਤੋਂ ਸ਼ੁਰੂਆਤ ਕਰਾਂਗੇ ਤੁਹਾਨੂੰ ਆਪਣੇ ਆਪ ਪਤਾ ਚਲ ਜਾਏਗਾ ਲੇਕਿਨ ਮੈਂ ਨਾ ਦੱਸਣਾ ਜ਼ਰੂਰੀ ਸਮਝਦੀ ਆ ਜੀ ਬਿਲਕੁਲ ਸਾਡੇ ਨਾਲ ਨੇ ਸ਼ਮਸ਼ੇਰ ਜੀ ਨਾ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਚਲੋ ਤੁਸੀਂ ਬਈ ਬਈ ਕੀ ਕੀਤਾ ਤੁਸੀਂ ਤੇ ਬਾਈ ਬਾਈ ਕਰ ਗਏ ਕੋਦਮ ਪਰ ਮੈਂ ਗਾਣੇ ਤੋਂ ਸ਼ੁਰੂਆਤ ਕਰਨਾ ਚਾਹਾਂਗੀ ਕਿਉਂਕਿ ਹਜੇ ਤੱਕ ਵੀ ਮੈਂ ਦੇਖਿਆ ਹੈ ਕਿ ਇਹ ਗਾਣਾ ਐਨਾ ਪਸੰਦ ਕੀਤਾ ਜਾਂਦਾ ਹੈ ਔਰ ਅਸੀਂ ਐਨਾ ਸੁਣਦੇ ਹਾਂ ਇਸ ਗੀਤ ਨੂੰ ਸੋ ਅਬਾਈ ਗਾਣੇ ਤੋਂ ਸ਼ੁਰੂਆਤ ਕਰੀਏ ਹਾਂਜੀ ਬਿਲਕੁਲ ਜੀ ਹੋ ਤੇਰੇ ਲਈ ਬੁਲਤ ਲਿਆ ਮੈਂ ਤੇਰੇ ਲਈ ਬੁਲਤ ਲਿਆ ਮੈਂ ਐਸੇ ਹੀ ਸਾਲ ਬਈ ਬਈ ਵਹਿ ਜਾ ਤੁਸ਼ਾਲੇ ਮਾਰ ਕੇ ਮੇਂ ਤਰਾ ਦੇ ਨਾਲ ਬਈ ਬਈ ਤੇਰੇ ਲਈ ਬੁਲਤ ਲਿਆ ਮੈਂ ਹੋ ਗਈ ਏ ਬਸ ਲੇਟ ਵੇ ਹੋ ਗਈ ਏ ਬਸ ਲੇਟ ਵੇ ਮੈਨੂੰ ਐ ਕਾਲ ਬਈ ਬਈ ਕਾਲਜ ਨੂੰ ਲੈ ਚੱਲ ਮੁੰਡਿਆ ਮੈਨੂੰ ਤੂੰ ਨਾਲ ਬਈ ਬਈ ਹੋ ਗਈ ਏ ਬਸ ਲੇਟ ਵੇ ਸੋ ਇਹ ਗਾਣਾ ਦੇਖ ਲੋ ਤੁਹਾਡੀ ਅੰਦਰ ਵੀ ਉਹੀ એનર્ਜੀ ਹੈ ਉਹੀ ਫੀਲ ਹੈ ਤੇ ਸੁਣਨ ਵਾਲਿਆਂ ਦੇ ਦਿਲ 'ਚ ਵੀ ਉਹੀ ਚਾਹਤ ਹੈ ਗਾਣੇ ਨੂੰ ਲੈ ਕੇ ਤੇ ਉਹੀ ਅੱਜ ਵੀ ਪਸੰਦ ਦਾ ਪਸੰਦੀਦਾ ਲਿਸਟ ਦੇ ਵਿੱਚ ਗੀਤ ਹੈ ਬਸ ਇੰਨੀ ਲੇਟ ਹੋ ਗਈ ਦਰਸ਼ਕਾਂ ਨੂੰ ਇੱਕ ਖਾਸੀ ਸ਼ਿਕਾਇਤ ਹੈ ਤੁਹਾਡੇ ਨਾਲ ਬਈ ਐਡੇ ਹਿੱਟ ਗੀਤ ਦੇ ਕੇ ਇੱਕੋ ਦਮ ਜਿੰਨਾ ਜੀ ਕਿੱਥੇ ਚਲੇ ਗਏ ਆਈ ਮੀਨ ਕਿਉਂ ਚਲੇ ਗਏ ਕਿਉਂ ਇੰਨਾ ਲੰਬਾ ਤੁਸੀਂ ਇੱਕ ਗੈਪ ਦਰਸ਼ਕਾਂ ਦੇ ਨਾਲ ਪਾ ਲਿਆ ਕੀ ਵਜ੍ਹਾ ਰਹੀ ਹੈ ਜੀ ਐਕਚੁਅਲੀ ਮੈਡਮ ਜੀ ਮੇਰਾ ਹੋਇਆ ਸੀ ਮਤਲਬ ਐਗਰੀਮੈਂਟ ਕੰਪਨੀ ਨਾਲ ਜੀ 8 ਦੇ ਵਿੱਚ ਮੇਰੀ ਗੈਸੜਾਈ ਬਚਨਬੀਲ ਸਾਹਿਬ ਨੇ ਕੀਤੀ ਕੰਪਨੀ میوزਿਕ ਵੈਲੀ ਉਹਨਾਂ ਨੇ ਮਰੀਆਂ ਇੱਕ ਤੇ ਪਹਿਲੀ ਟੇਪ ਲਿਮੋਜ਼ਨ ਕੀਤੀ ਦੂਸਰੀ ਬੰਬੀਹਾ ਬੋਲੇਗੀ ਦੀ ਉਸ ਤੋਂ ਬਾਅਦ ਉਹਨਾਂ ਦਾ ਕੁਝ ਆਪਸ ਮਤਲਬ ਵਿੱਚ ਕੁਝ ਪ੍ਰੋਬਲਮ ਸੀ ਕੰਪਨੀ ਨੂੰ ਉਹਨਾਂ ਨੇ ਫਿਰ ਗਾਇਬ ਮਤਲਬ ਉੱਥੋਂ ਉਦੋਂ ਗਾਇਬ ਪਿਆ ਮੇਰਾ ਜੀ ਤੇ ਇਸ ਕਰਕੇ ਗਾਇਬ ਪੈ ਗਿਆ ਐਗਰੀਮੈਂਟ ਫਿਰ ਮੇਰਾ ਉਹਨਾਂ ਦਾ 7 ਸਾਲ ਦਾ ਸੀ ਹਾਂ ਹਾਂ ਹਾਂਜੀ ਤੇ ਕੀ ਜਦੋਂ ਉਹਨਾਂ ਦੀ ਆਪਣੀ ਆਪਣਾ ਕੁਝ ਨਿੱਜੀ ਮਾਮਲਾ ਹੋ ਗਿਆ ਪ੍ਰੋਬਲਮ ਹੋ ਗਈ ਤੇ ਕੀ ਤੁਹਾਡੇ ਕੋਲ ਉਸ ਤੋਂ ਬਾਅਦ ਆਪਸ਼ਨ ਨਹੀਂ ਸੀ ਕਿਸੇ ਹੋਰ ਬੰਨੇ ਨਿਕਲਣ ਦਾ ਨਹੀਂ ਆਪਸ਼ਨ ਫਿਰ ਹੁੰਦੀ ਨਾ ਜਦੋਂ ਆਪਾਂ ਰਿਟਨ ਚ ਦੇ ਦੇ ਦਈਏ ਕਿਸੇ ਨੂੰ ਹਨਾ ਫਿਰ ਉਸ ਤੋਂ ਬਾਅਦ ਆਪਸ਼ਨ ਨਹੀਂ ਹੁੰਦੀ ਫਿਰ ਤਾਂ ਉਸ ਤੋਂ ਬਾਅਦ ਜੇ ਕਰਾਂਗੇ ਤਾਂ ਫਿਰ ਕੋਟ ਹੈ ਕਿ ਉਹਨਾਂ ਵੱਲੋਂ ਵੀ ਤੁਹਾਨੂੰ ਉਹ ਛੂਟ ਨਹੀਂ ਮਿਲ ਪਾਈ ਤੇ ਨਹੀਂ ਮਿਲੀ ਉਹਨਾਂ ਨੂੰ ਛੂਟ ਮਿਲੀ ਨਹੀਂ ਉਹਨਾਂ ਦਾ ਕੋਈ ਆਪਸ ਵਿੱਚ ਪ੍ਰੋਬਲਮ ਸੀ ਕੰਪਨੀ ਦੇ ਮਤਲਬ ਕੋਈ ਪਾਰਟਨਰਸ਼ਿਪ ਸੀ ਉਹਨਾਂ ਦੀ ਹਾਂ ਆਪਸ ਵਿੱਚ ਉਹਨਾਂ ਦੀ ਪ੍ਰੋਬਲਮ ਆ ਗਈ ਉਹਦੇ ਵਿੱਚ ਮਤਲਬ ਜਿਹੜਾ ਨੁਕਸਾਨ ਹੋਇਆ ਉਹ ਮੈਨੂੰ ਹੋਇਆ ਰਾਈਟ ਸੋ ਅੱਛਾ ਹੁਣ ਕੀ ਅੱਦਾ ਦਾ ਤੁਹਾਡੇ ਨਾਲ ਸੰਬੰਧ ਹੈਗੇ ਉਹਨਾਂ ਦੇ ਬਚਨ ਸਰ ਦੇ ਹਾਂਜੀ ਹਾਂਜੀ ਬਚਨ ਬੇਲ ਸਾਹਿਬ ਨਾ ਮੈਂ ਕਿਸਾਨੀ ਅੰਦੋਲਨ ਚ ਕੀਤਾ ਉਹਨਾਂ ਨੇ ਕਿਸਾਨੀ ਅੰਦੋਲਨ ਦੀਆਂ ਬੋਲੀਆਂ ਕੀਤੀਆਂ ਸੀ ਤੇ ਉਹਨਾਂ ਨਾਲ ਬਹੁਤ ਵਧੀਆ ਮਰੇ ਜੋ ਵੀ ਮੈਂ ਅੱਜ ਬੈਠਾ ਤੁਹਾਡੇ ਸਾਹਮਣੇ ਬਚਨ ਬੇਲ ਸਾਹਿਬ ਦੀ ਬਦੌਲਤ ਤੁਸੀਂ ਕਿਹਾ ਨਹੀਂ ਉਹਨਾਂ ਨੂੰ ਵੀ ਤੁਹਾਡੇ ਚੱਕਰ ਦੇ ਵਿੱਚ ਮੇਰੇ ਇੰਨੇ ਸਾਲ ਜਿਹੜੇ ਨੇ ਪਿੱਛੇ ਪੈ ਗਏ ਨਹੀਂ ਐਕਚੁਅਲੀ ਉਹਨਾਂ ਹੀ ਚੱਕਰ ਦੀ ਸੀ ਉਹਨਾਂ ਨੇ ਤਾਂ ਮਤਲਬ ਉਹਨਾਂ ਨੂੰ ਸਮਝਾਇਆ ਵੀ ਵੀ ਆਪਾਂ ਕਲਾਕਾਰ ਹੁਣ ਬਣਾ ਲਿਆ ਤਿਆਰ ਕਰ ਲਿਆ ਸਾਰਾ ਕੁਝ ਬੂਟਾ ਲਾ ਲਿਆ ਵੀ ਆਪਾਂ ਗੈਪ ਨਾ ਪਾਈਏ ਨਾ ਵੀ ਨੈਕਸਟ ਸਾਰਾ ਕੁਝ ਹੋਇਆ ਹੋਇਆ ਬੈਸੀ ਅਗਲੀ ਟੇਪ ਦਾ ਵੀ ਮੈਟਰ ਹੋਇਆ ਪਿਆ ਸੀ ਬਟ ਬਸ ਕੁਝ ਕਾਰਨ ਕਰਕੇ ਨਾ ਉਹਨਾਂ ਦਾ ਆਪਸ ਆਪਸ ਵਿੱਚ ਪ੍ਰੋਬਲਮ ਹੋ ਗਈ ਤੇ ਨੁਕਸਾਨ ਮੈਨੂੰ ਚਲਣਾ ਪਿਆ ਜੀ ਬਿਲਕੁਲ ਹਾਂਜੀ ਨੁਕਸਾਨ ਜਦੋਂ ਕਲਾਕਾਰ ਦਾ ਹੁੰਦਾ ਨਾ ਤੇ ਕੱਲੀ ਕਲਾ ਦਾ ਨਹੀਂ ਹੁੰਦਾ ਗਾਣੇ ਤੇ ਤੁਹਾਡੇ ਦੇਖੋ ਹੁਣ ਵੀ ਚੱਲ ਰਹੇ ਨੇ ਬਿਲਕੁਲ ਜੀ ਪਰ ਇਨਸਾਨੀਅਤ ਤੌਰ ਤੇ ਮੈਂ ਜ਼ਰੂਰ ਜਾਨਣਾ ਚਾਹਾਂ ਕਿ ਜਦੋਂ ਤੁਹਾਡਾ ਕਹਿੰਦੇ ਚੜਦਾ ਸੂਰਜ ਜਦੋਂ ਹੁੰਦਾ ਵੀ ਉਹ ਵੀ ਸਲਾਮ ਕਰਦਾ ਜਿੰਨੂੰ ਕਦੀ ਦੇਖਿਆ ਵੀ ਨਹੀਂ ਹੁੰਦਾ ਪਰ ਲੈਂਦੇ ਸੂਰਜ ਦੀ ਉੱਥੇ ਹੀ ਕਸ਼ਤੀ ਡੁੱਬ ਜਾਂਦੀ ਹੈ ਜਿੱਥੇ ਯੂ نو ਸਾਰੇ ਇਦਾਂ ਬਿਹੇਵ ਕਰਦੇ ਵੀ ਤੂੰ ਭਾਈ ਹੈ ਕੌਣ ਆ ਇਹ ਜ਼ਿੰਦਗੀ ਦਾ ਤਜਰਬਾ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਜ਼ਾਹਿਰ ਜੀ ਗੱਲ ਹੈ ਕਿ ਜ਼ਰੂਰ ਚੱਲਿਆ ਹੋਏਗਾ ਬਿਲਕੁਲ ਜੀ ਬਿਲਕੁਲ ਮੜਾ ਦੌਰ ਬਹੁਤ ਚੱਲਿਆ ਜੀ ਹੁਣ ਤੱਕ ਚੱਲਿਆ ਹੂੰ ਚਲੋ ਪ੍ਰੋਗਰਾਮ ਚੱਲਦੇ ਚੱਲਦੇ ਰਹੇ ਪਰ ਜਦੋਂ ਮਤਲਬ ਇੱਕਦਮ ਤੁਸੀਂ ਹਿੱਟ ਹੋ ਗਏ ਤੁਹਾਡਾ ਗੈਪ ਪੈ ਜਾਂਦਾ ਤੇ ਜਿਹੜਾ ਤੁਹਾਡਾ ਰੇਟ ਪਹਿਲਾਂ ਬਣਿਆ ਹੁੰਦਾ ਉਹ ਥੋੜਾ ਜਦੋਂ ਗੈਪ ਪੈ ਜੇ ਰੇਟ ਨਹੀਂ ਤੁਹਾਨੂੰ ਮਿਲਦਾ ਉਹ ਜੀ ਤੇ ਫਿਰ ਉਹ ਉਤੋਂ ਪ੍ਰੋਬਲਮ ਆਉਂਦੀਆਂ ਹਮ ਤੇ ਬਹੁਤ ਆਈਆਂ ਮੈਨੂੰ ਪ੍ਰੋਬਲਮਾਂ ਹਮ ਤੇ ਝੱਲੀਆਂ ਵੀ ਆ ਤੇ ਹੁਣ ਬਾਬੇ ਦੀ ਕਿਰਪਾ ਕੋਈ ਨਹੀਂ ਪੂਰੀ ਪੂਰੀ ਦੁਬਾਰੇ ਆ ਰਹੇ ਆ ਫਿਰ ਸਬਰ ਰੱਖਿਆ ਸਭ ਹਾਂ ਸਬਰ ਆਓ ਪ੍ਰਮਾਤਮਾ ਦੇ 2013 ਤੱਕ ਕਿੱਡੀ ਫਿਰ ਵੀ ਪਟਰੀ ਤੇ ਸੀ ਹੈਨਾ ਫਿਰ ਹੌਲੀ ਹੌਲੀ ਉਤਰਨੀ ਸ਼ੁਰੂ ਹੋਈ 15 16 ਦਾ ਸਾਲ ਹੋਰ ਵੀ ਜ਼ਿਆਦਾ ਤੁਹਾਡੇ ਲਈ ਬੁਰਾ ਰਿਹਾ ਹੈਨਾ ਕਈ ਆਪਣੇ ਛੱਡ ਗਏ ਕਈਆਂ ਆਪਣੇ ਆਨੇ ਸਾਥ ਬਣ ਕੇ ਪੂਰੇ ਖੜੇ ਵੀ ਰਹੇ ਤੇ ਹੁਣ ਵੀ ਉਹਨਾਂ ਦੀ ਬਦੌਲਤ ਇੱਥੇ ਹੋ ਜ਼ਰੂਰ ਜਾਨਣਾ ਚਾਹਾਂਗੇ ਕਿਹੜੇ ਕਿਹੜੇ ਨੇ ਜਿਹੜੇ ਖੜੇ ਰਹੇ ਕਿਉਂਕਿ ਜਿਹੜੇ ਛੱਡ ਹੀ ਗਏ ਉਹਨਾਂ ਦੀ ਗੱਲ ਕਰਨੀ ਵਾਜ਼ੀ ਵੀ ਨਹੀਂ ਹੈ ਹਾਂ ਬਿਲਕੁਲ ਜੀ ਬਿਲਕੁਲ ਮੇਰਾ ਮਤਲਬ ਇੱਕ ਬਾਈ ਜੀ ਦੇ ਤੋਂ ਸਾਡਾ ਬਾਈ ਵੱਡਾ ਵੀਰ ਹੈ ਭਾਈ ਗਰਨਾਇਬ ਨੰਬਰਦਾਰ ਹੂੰ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਪਨੀਤ ਪੁਨਾਲ ਤੋਂ ਬਾਈ ਹੈਪੀ ਦੀ ਬੇਨੜਾ ਕੈਨੇਡਾ ਇਹਨਾਂ ਨੇ ਮਤਲਬ ਮੈਨੂੰ ਰੱਖਿਆ ਚੈਨਲ ਤੇ ਤੇ ਮਤਲਬ ਵੱਦੀ ਪਿੱਛੇ ਜੇ ਮੇਰਾ ਉਹਨਾਂ ਗੀਤ ਚੱਲਿਆ ਸੀ ਉਹ ਮਤਲਬ ਪਿਆਰ ਬਾਬੇ ਨਾਨਕ ਉਹ ਬੇਨੜਾ ਸਾਹਿਬ ਨੇ ਲਿਖਿਆ ਤੇ ਹੈਪੀ ਵੀਰਾ ਨੇ ਤੇ ਪਨੀਤ ਹੋਰਾਂ ਨੇ ਇਹਨਾਂ ਨੇ ਸਾਰਿਆਂ ਨੇ ਮਤਲਬ ਮੇਰੀ ਬਹੁਤ ਹੈਲਪ ਕੀਤੀ ਜੀ ਮਾਨਸਿਕ ਤੌਰ ਤੇ ਸਭ ਤੋਂ ਵੱਧ ਜੇ ਕੋਈ ਖੜਾ ਰਿਹਾ ਹੈ ਮਗਰ ਵੀ ਜਦੋਂ ਤੁਹਾਡਾ ਦਿਲ ਕੀਤਾ ਕਿਉਂਕਿ ਇਨਸਾਨ ਦੀ ਕੋਈ ਉਮਰ ਨਹੀਂ ਹੁੰਦੀ ਹੱਸਣ ਜਾਂ ਰੋਣ ਦੀ ਜਦੋਂ ਰੋਣ ਨੂੰ ਦਿਲ ਕੀਤਾ ਜਦੋਂ ਗਲਵਕੜੀ ਚ ਲੈਣ ਨੂੰ ਦਿਲ ਕੀਤਾ ਜਾਂ ਗਲਵਕੜੀ ਤੁਸੀਂ ਚਾਹੋ ਵੀ ਮੈਨੂੰ ਕੋਈ ਇੱਕ ਵਾਰ ਬੁੱਕਲ ਚ ਲੈ ਕੇ ਮੇਰੇ ਪਿੱਠ ਤੇ ਹੱਥ ਹੈ ਨਾ ਮੈਨੂੰ ਥਾਪੜਾ ਦੇ ਦੇ ਤੇ ਉਹ ਜੀਨਾ ਜੀ ਕੌਣ ਰਿਹਾ ਜ਼ਿੰਦਗੀ ਦੇ ਵਿੱਚ ਹੌਨ ਜੋ ਮੇਰਾ ਬਿਕਬੀਰਾ ਹੈਪੀ ਤੇ ਪਨੀਤ ਹਮ ਤੇ ਬਾਈ ਗਰਨਾਵ ਨੰਬਰਦਾਰ ਜਿਨ੍ਹਾਂ ਨੇ ਮਤਲਬ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ ਤੇ ਉਸ ਤੋਂ ਬਾਅਦ ਫਿਰ ਬਸ ਉਹਨਾਂ ਦਾ ਥਾਪੜਾ ਰਿਹਾ ਬਸ ਫਿਰ ਉਹਨਾਂ ਦੇ ਬਦੌਲਤ ਹੀ ਬੈਠੇ ਅੱਜ ਤੁਹਾਡੇ ਸਾਹਮਣੇ ਜੀ ਸੋ ਹੁਣ ਜੋ ਲੇਟੈਸਟ ਲੈ ਕੇ ਆਏ ਹੋ ਆ ਰਹੇ ਹੋ ਪਹਿਲੇ ਉਹਦੇ ਬਾਰੇ ਜਾਨਣਾ ਚਾਹਵਾ ਕਿ ਕਮ ਬੈਕ ਹੁਣ 2017 ਚ ਹੋਤੇ ਗਈ ਹੈ ਪਰ ਹੁਣ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ ਹੈ ਗਾਇਕ ਕਲਾਕਾਰ ਇੰਨੇ ਜ਼ਿਆਦਾ ਨੇ ਆਏ ਦਿਨ ਇੱਕ ਦਿਨ ਚ ਕਿੰਨੇ ਕਹਨੇ ਗਾਣੇ ਹੋ ਰਹੇ ਨੇ ਹੁਣ ਕੀ ਪਲਾਨਿੰਗ ਹੈ ਹੁਣ ਲੈ ਕੇ ਕੀ ਆ ਰਹੇ ਹੋ ਵੱਖਰਾ ਆਡੀਅנס ਲਈ ਹੁਣ ਹਿੰਦੀ ਬਲਿੰਗ ਰੈਕર્ડਸ ਨਾਲ ਮੇਰਾ ਐਗਰੀਮੈਂਟ ਹੋ ਗਿਆ ਹੁਣ ਜਿੰਨੇ ਮੇਰੇ ਗਾਣੇ ਆਉਣਗੇ ਸਾਰੇ ਬਾਈ ਜੀ ਨਾਉਣਗੇ ਜੀ ਤੇ ਤਿੰਨ ਗੀਤ ਹੋਗੇ ਰਿਕਾਰਡ ਕਈ ਸੁਣਨ ਵਾਲਿਆਂ ਨੂੰ ਲੱਗਣਾ ਵੀ ਲੈ ਹਜੇ ਤੇ ਰੋਲਾ ਚੱਲ ਹੀ ਰਿਹਾ ਸੋਸ਼ਲ ਮੀਡੀਆ ਤੇ ਇੰਨਾ ਵਾਇਰਲ ਹੈ ਹਸਨ ਮਾਨਿਕ ਤੇ ਇੰਦੀ ਬਲਿੰਗ ਜੀ ਦਾ ਤੁਸੀਂ ਕਿਦਾਂ ਯਕੀਨ ਕਰ ਲਿਆ ਮੈਂ ਜ਼ਰੂਰ ਜਾਨਣਾ ਚਾਹਾਂਗਾ ਕਿ ਕਦੋਂ ਤੋਂ ਜੁੜੇ ਹੋਏ ਹੋ ਤੇ ਕਿਹੜੇ-ਕਿਹੜੇ ਪੈਰ ਤੇ ਉਹ ਤੁਹਾਡੇ ਨਾਲ ਖੜੇ ਨੇ ਤੇ ਕਿਹੜਾ ਉਹ ਯਕੀਨ ਬਣਿਆ ਕਿ ਤੁਸੀਂ ਸਾਰਾ ਕੁਝ ਵੇਖਦਿਆਂ ਹੋਇਆ ਵੀ ਉਹਨਾਂ ਦੇ ਨਾਲ ਸਾਈਨ ਹੋਏ ਹੋ ਮੇਰਾ ਮਤਲਬ ਲਾਕਡਾਊਨ ਤੋਂ ਪਹਿਲਾਂ ਐਗਰੀਮੈਂਟ ਹੋਇਆ ਸੀ ਬਾਈ ਜੀ ਨਾਲ ਇਹਨਾਂ ਨੇ ਦੋ ਗੀਤ ਕੀਤੇ ਸੀ ਮੇਰੇ ਹੱਕਦਾਰ ਤੇ ਇੱਕ ਮਠੰਡਾ ਸਾਂ ਤੇ ਉਹ ਕੀਤਾ ਉਸ ਤੋਂ ਬਾਅਦ ਲਾਕਡਾਊਨ ਲੱਗ ਗਿਆ ਤੇ ਪ੍ਰੈਸ ਕਰਕੇ ਸਾਰੇ ਹੀ ਬੰਦੇ ਮਤਲਬ ਡਿਸਟਰਬ ਹੋ ਗਈ ਸਾਰੀ ਇੰਡਸਟਰੀ ਮਤਲਬ ਸਾਰੇ ਲੋਕ ਹੀ ਡਿਸਟਰਬ ਹੋ ਗਏ ਜੀ ਜੀ ਤੇ ਉਸ ਤੋਂ ਬਾਅਦ ਫਿਰ ਹੁਣ ਬਾਈ ਨੇ ਅਪਰੋਚ ਕੀਤੀ ਹੈ ਤੇ ਕਰ ਰਹੇ ਆ ਕੰਮ ਅੱਛਾ ਤੇ ਪ੍ਰੋਗਰਾਮ ਵਗੈਰਾ ਨਾਲ ਲਾਂਦੇ ਰਹੇ ਹਾਂਜੀ ਬਿਲਕੁਲ ਪ੍ਰੋਗਰਾਮ ਦਾ ਪ੍ਰੋਗਰਾਮ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਸੀ ਹੂੰ ਪ੍ਰੋਗਰਾਮ ਲੱਗਦੇ ਰਹੇ ਵਧੀਆ ਮਤਲਬ ਕੁਝ ਜਿਨ੍ਹਾਂ ਦਾ ਮੈਂ ਨਾਂ ਲਿਆ ਮੇਰੇ ਵੀਰਾਂ ਦਾ ਇਹਨਾਂ ਨੇ ਸਹਿਯੋਗ ਦਿੱਤਾ ਮੇਰਾ ਹੂੰ ਤੇ ਮੈਨੂੰ ਦੂਰਦਰਸ਼ਨ ਤੇ ਰੱਖਿਆ ਜੀ ਹਾਂ ਬਾਕੀ ਨਵੇਂ ਗੀਤ ਕਰਦੇ ਰਹੇ 6 ਮਹੀਨੇ ਬਾਅਦ ਕਦੇ ਮਤਲਬ ਕੋਈ ਕੁਛ ਨਾ ਕੁਛ ਕੁਛ ਨਾ ਕੁਛ ਕਿਸਾਨੀ ਅੰਦੋਲਨ ਚ ਕਰਦੇ ਰਹੇ ਫਿਰ ਪਿਆਰ ਬਾਬੇ ਨਾਲ ਗ ਨੂੰ ਕੀਤਾ ਹੁਣ ਪਿਛੇ ਚੱਲਿਆ ਹੋਇਆ ਨਾ ਤੇ ਕਿਸਾਨ 2020 ਕੀਤਾ ਉਦੋਂ ਬਸ ਉਦੋਂ ਬਾਅਦ ਮਤਲਬ ਚੱਲਦੇ ਗਏ ਤੇ ਬਸ ਘਰ ਦਾ ਦਾਲ ਫੁਲਕਾ ਚੱਲੀ ਗਿਆ ਜੀ ਸੋ ਘਰ ਦੇ ਦਾਲ ਫੁਲਕੇ ਦੇ ਇਲਾਵਾ ਵੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਬਠਿੰਡੇ ਗਾਣੇ ਦੀ ਦੋ ਲਾਈਨਾਂ ਅਸੀਂ ਸੁਣ ਸਕਦੇ ਹਾਂ ਹਾਂ ਜੀ ਜੀ ਹੋ ਫੋਨ ਇਕੱਲੇ ਐਵੇਂ ਮੈਨੂੰ ਸੱਦਿਆ ਬਠੰਡੇ ਨੀ ਹੁਣ ਆਉ ਹੁਣ ਆਉ ਕਾਹ ਬਿੰਦੇ ਬਿੰਦੇ ਨੀ ਹੋ ਥੱਕ ਹਰ ਘਰ ਆ ਗਿਆ ਟਾਈਮ ਆਇਆ ਨਾ ਲਾਸਟ ਜਦੋਂ ਦੀਪ ਦਾ ਉਤਰੀ ਨਾ ਤੂੰ ਵੈਰਨੇ ਨੀ ਰੇਹਾ ਬਸਾਂ ਦੇ ਅੱਡੇ 'ਚ ਤੈਨੂੰ ਦੇਖਦਾ ਉਤਰੀ ਨਾ ਤੂੰ ਵੈਰਨੇ ਨੀ ਕੀ ਆ ਵਾਤਾ ਤੇ ਤੁਹਾਡੇ ਜਿਹੜੇ ਕਾਲਜ ਮਤਲਬ ਤੁਹਾਡੇ ਜਿਹੜੇ ਗੀਤ ਨੇ ਇਹ ਕਾਲਜ ਟਾਈਮ ਨੂੰ ਬਹੁਤ ਰਿਲੇਟ ਕਰਦੇ ਨੇ ਹੈਨਾ ਤੇ ਤੁਹਾਡੇ ਜੇ ਥੋੜੀ ਜੀ ਜ਼ਿੰਦਗੀ ਦੇ ਵਿੱਚ ਆਪਾਂ ਪਿੱਛੇ ਜਾਈਏ ਸਟਾਰ ਬਣਨ ਤੋਂ ਪਹਿਲਾਂ ਵਾਲੀ ਉਹ ਜ਼ਿੰਦਗੀ ਬਾਰੇ ਮੈਂ ਜ਼ਰੂਰ ਜਾਨਣਾ ਚਾਹਾਂਗੀ ਵੀ ਉਹ ਕਿਹੋ ਜੀ ਜ਼ਿੰਦਗੀ ਸੀ ਜਿਹੜੀ ਗੀਤਾਂ ਦੇ ਵਿੱਚ ਇੰਨੀ ਝਲਕ ਵੇਖਣ ਨੂੰ ਮਿਲਦੀ ਹੈ ਇੱਕ ਤਾਂ ਮਤਲਬ ਜਿਹੜਾ ਮੈਨੂੰ ਸਟਾਰ ਬਣਾਉਣ ਦੇ ਵਿੱਚ ਉਹ ਉਹਨਾਂ ਟਾਈਮਾਂ ਦੇ ਵਿੱਚ ਮਤਲਬ ਬੇਦਲ ਸਾਹਿਬ ਦਾ ਬਹੁਤ ਹਾਸੇ ਉਹਨਾਂ ਨੇ ਮੈਟਰ ਉਹਨਾਂ ਦੀ ਮਤਲਬ ਜੋ ਸਿਲੈਕਸ਼ਨ ਹੁੰਦੀ ਸੀ ਸਾਰੀ ਬਹਿ ਕੇ ਮੇਰੇ ਕੋਲੇ ਮਨੂੰ ਕਹਿੰਦੇ ਵੀ ਆਪਾਂ ਛੋਟੇ ਵੀ ਰਾਗੀਤ ਕਰਨਾ ਨਾ ਆ ਕਰਨਾ ਸਾਰਾ ਮੈਟਰ ਸਿਲੈਕਸ਼ਨ ਹੁੰਦਾ ਜਦੋਂ ਤੇ ਜਦੋਂ ਬੰਦਾ ਹਿੱਟ ਹੁੰਦਾ ਉਦੋਂ ਖੁਸ਼ੀ ਤਾਂ ਬਹੁਤ ਹੁੰਦੀ ਹੈ ਕਿਹੜੇ ਗਾਣੇ ਤੋਂ ਬਾਅਦ ਮਹਿਸੂਸ ਹੋ ਗਿਆ ਸੀਗਾ ਵੀ ਮੈਂ ਕਲਾਕਾਰ ਬਣ ਗਿਆ ਹਾਂ ਮੇਰਾ ਪਹਿਲਾ ਗੀਤ ਹੀ ਬਈ ਬਈ ਜਦੋਂ ਚੱਲਿਆ ਉਹ ਪਹਿਲਾ ਗੀਤ ਹੀ ਮਤਲਬ ਪੂਰਾ ਹਿੱਟ ਹੋ ਗਿਆ ਸੀਗਾ ਫਿਰ ਉਸ ਤੋਂ ਬਾਅਦ ਟਰੈਕਟਰ ਹੋਇਆ بارشਾਂ ਹੋਇਆ ਤੇ ਵਿਛੋੜਾ ਹੋਇਆ ਤੇ ਇਹ ਪੰਜ ਵੀਡੀਓ ਬਣੇ ਸੀ ਪਹਿਲੀ ਗੱਸੜਦੇ ਤੇ 500 ਪਰ ਡੋਪਰ ਗਈ ਸੀ ਜੀ ਸੋ ਉਦੋਂ ਪਿੰਡ ਦੀ ਗੱਲ ਕਰੀਏ ਜਾਂ ਨਾਲ ਪੜਨ ਵਾਲਿਆਂ ਦੀ ਗੱਲ ਕਰੀਏ ਉਹਨਾਂ ਦਾ ਵਰਤੋਅ ਤੇ ਅੱਜ ਵੀ ਤੁਹਾਨੂੰ ਖੁਸ਼ੀ ਦਿੰਦਾ ਹੋਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਨਾਂ ਦਾ ਮਤਲਬ ਜਿਹੜੇ ਸ੍ਰੋਤੇ ਐ ਉਹਨਾਂ ਦੀ ਬਦੌਲਤ ਹੀ ਅੱਜ ਬੈਠੇ ਹਾਂ ਨੇ ਇਹ ਅੱਜ ਵੀ ਪਿਆਰ ਕਰਦੇ ਆ ਫੋਨ ਆਉਂਦੇ ਆ ਜਦੋਂ ਕੁਝ ਗਾ ਕੇ ਪਾ ਦਿੰਦੇ ਆ ਫੇਸਬੁੱਕ ਤੇ ਜਾਂ ਮਤਲਬ ਸੋਸ਼ਲ ਮੀਡੀਆ ਤੇ ਪਿਆਰ ਦਿੰਦੇ ਆ ਉਹਨਾਂ ਦੀ ਬਦੌਲਤ ਹੀ ਹੈ ਤੇ ਹੁਣ ਕਿੰਨੇ ਕ ਜਣੇ ਆ ਜਿਹੜੇ ਬਹੁਤ ਢੇਰ ਤੋਂ ਖਿੰਡ ਗਏ ਸੀਗੇ ਹੁਣ ਵਾਪਸੀ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਨਹੀਂ ਫੋਨ ਫੋਨ ਕਰਕੇ ਹਾਲਚਲ ਪੁੱਛਣਾ ਚਾਹੀਦਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਜਦੋਂ ਮਤਲਬ ਲਾਗੇ ਪਾਉਣ ਹੁਣ ਸਾਰਾ ਕੁਝ ਤੇ ਲੋਕ ਜੁੜਦੇ ਵੀ ਜਾਂਦੇ ਆ ਵਧੀਆ ਜਿਹੜੇ ਪੁਰਾਣੇ ਯਾਰ ਦੋਸਤਾਂ ਜੁੜੇ ਹੋਏ ਨੇ ਨਾਲ ਉਹ ਹਮ ਹਮ ਅਸੀਂ ਕੁਝ ਮਾੜਾ ਨਹੀਂ ਪੁੱਛਣਾ ਚਾਹਾਂਗੇ ਪਰ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੇ ਕਿਉਂਕਿ ਤੁਸੀਂ ਕਿਹਾ ਵੀ ਇੰਦੀ ਬਲਿੰਕ ਰਿਕਾਰਡ ਦੇ ਨਾਲ ਤੁਹਾਡਾ ਟਾਈ ਅਪ ਹੋ ਗਿਆ ਹੈ ਹਾਂਜੀ ਉਹਨਾਂ ਦੇ ਦਿਲ 'ਚ ਵੀ ਕਿਤੇ ਨਾ ਕਿਤੇ ਡਰ ਤਾਂ ਜ਼ਰੂਰ ਹੋਏਗਾ ਜੋ ਕੁਝ ਵੀ ਹੋ ਰਿਹਾ ਹੈ ਤੁਹਾਡੇ ਦਿਲ 'ਚ ਵੀ ਕਿਤੇ ਨਾ ਕਿਤੇ ਡਰ ਜ਼ਰੂਰ ਹੋਏਗਾ ਜੋ ਕੁਝ ਹੋ ਰਿਹਾ ਹੈ ਪਰ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਕਿ ਦਰਸ਼ਕਾਂ ਤੱਕ ਇਸ ਗੱਲ ਦਾ ਸਫਾਇਆ ਤੁਸੀਂ ਕਿੱਦਾਂ ਦੋਗੇ ਤੁਸੀਂ ਹਸਨ ਨਾਲ ਵੀ ਵਿਚਰੇ ਹੋ ਤੁਸੀਂ ਸਟੇਜ ਸ਼ੋ ਵੀ ਲਾਉਂਦੇ ਰਹੇ ਹੋ ਬੜੇ ਟਾਈਮ ਤੇ ਤੁਹਾਨੂੰ ਲੋਡ ਸੀਗੇ ਤੇ ਇੰਦੀ ਬਲਿੰਗ ਵੱਲੋਂ ਤੁਹਾਨੂੰ ਮਦਦ ਵੀ ਦਿੱਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਕੋਈ ਪਰਵਾਣੀ ਤੋਂ ਲਾਸ਼ ਹੋ ਜ਼ਰੂਰ ਉਹਦੇ ਬਾਰੇ ਦੱਸੋ ਹਾਂ ਜਦੋਂ ਮੇਰਾ ਐਗਰੀਮੈਂਟ ਬਾਈ ਨਾਲ ਹੋਇਆ ਮਤਲਬ ਉਸ ਤਾਰਾਂ ਵਿੱਚ 2 ਸਾਲ ਮੈਂ ਕੰਮ ਕੀਤਾ ਪਰ ਮੈਨੂੰ ਕਦੇ ਜਦੋਂ ਮੈਂ ਪ੍ਰੋਮ ਲਾਉਂਦਾ ਸੀ ਮੈਂ ਬਾਈ ਹੁੰਦਾ ਹੁੰਦਾ ਸੀ ਬਾਈ ਜੀ ਮੇਲੇ ਦਾ ਪ੍ਰੋਗਰਾਮ ਹੈ ਤੇ 21000 ਰੁਪਇਆ ਇੱਥੇ 31000 ਰੁਪਇਆ ਕਿ ਬਾਈ ਮੈਨੂੰ ਲੋੜ ਹੈ ਮੈਨੂੰ ਅਜ ਤੱਕ ਮੇਰੇ ਬਾਈ ਜੀ ਨੇ ਕਦੇ ਐ ਨਹੀਂ ਕਿਹਾ ਸੀ ਵੀ ਯਾਰ ਤੂੰ ਮੈਨੂੰ ਪੈਸੇ ਦੇ ਕੇ ਜਾ ਜਾ ਕਰ ਭੋਗ ਕਰ ਤੇ ਕਹਿੰਦਾ ਹੀ ਕੋਈ ਗੱਲ ਨਹੀਂ ਜੇ ਤੂੰ ਤੰਗ ਹੈ ਤੂੰ ਆਪਦਾ ਘਰ ਦਾ ਖਰਚਾ ਚਲਾ ਕੋਈ ਗੱਲ ਨਹੀਂ No problem ਹੂੰ ਇਸੇ ਕਰਕੇ ਅਜ ਬਾਈ ਨਾਲ ਜੁੜੇ ਹੋਏ ਆ ਤੇ ਹੁਣ ਜਿਹੜੀਆਂ ਗੱਲਾਂ ਬੱਖ-ਬੱਖਸ ਉਹਨਾਂ ਨੂੰ ਮਿਲ ਰਹੀਆਂ ਨੇ ਠੀਕ ਹੈ ਤੁਸੀਂ ਐਜ਼ ਛੋਟੇ ਭਾਈ ਹੋਣ ਦੇ ਨਾਤੇ ਜਾਂ ਵੱਡੇ ਭਾਈ ਹੋਣ ਦੇ ਨਾਤੇ ਤੁਸੀਂ ਇੰਦੀ ਬਲਿੰਗ ਲਈ ਕੀ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਫੈਲੀਆਂ ਹੋਈਆਂ ਚੀਜ਼ਾਂ ਨੂੰ ਵੇਖਦੇ ਹੋ ਕਲਾਕਾਰ ਨਾਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਤੋਂ ਤੁਹਾਡੇ ਦਿਮਾਗ ਦੇ ਵਿੱਚ ਕੀ ਥਾਟਸ ਆਉਂਦੇ ਨੇ ਮੈਂ ਐਕਚੁਅਲੀ ਪਤਾ ਕੀ ਚੀਜ਼ ਕਲਾਕਾਰ ਦੇਖੋ ਪ੍ਰੋਡਿਊਸਰ ਨੇ ਪੈਸੇ ਲਾਉਣੇ ਆ ਹਮ ਆਪਦਾ ਘਰ ਵੇਚ ਕੇ ਸਿੰਗਰ ਨੂੰ ਖੜਾ ਕਰਨਾ ਮੈਂ ਹੀ ਮੈਂ ਬੈਠਾ ਤੁਹਾਡੇ ਸਾਹਮਣੇ ਜੀ ਮੈਨੂੰ ਅੱਜ ਤੋਂ ਪਹਿਲਾਂ ਕੋਈ ਪੁੱਛ ਨਹੀਂ ਰਿਹਾ ਸੀ ਹਮ ਕੋਈ ਨਹੀਂ ਮੇਰੇ ਤੇ ਪੈਸਾ ਲਾ ਰਿਹਾ ਸੀ ਅੱਜ ਹੁਣ ਜੇ ਮੈਨੂੰ ਇਹਨਾਂ ਨੇ ਖੜਾ ਕੀਤਾ ਤੇ ਸਤਾਰ ਮੈਨੂੰ ਬਣਾਉਣਗੇ ਬਣ ਗਏ ਤੇ ਜੇ ਉਸ ਤੋਂ ਬਾਅਦ ਮੈਂ ਮਤਲਬ ਉਹਨਾਂ ਦੇ ਛੜਾ ਮਾਰੂਗਾ ਤਾਂ ਫਿਰ ਮੇਰੇ ਮੇਰੇ ਵਾਸਤੇ ਮਾੜੀ ਗੱਲ ਹੋਊਗੀ ਜੀ ਮੈਂ ਆਨ ਆਨ ਰਿਗਾਰਡ ਕਹਿ ਰਹੇ ਹਮ ਪਰ ਅਸੀਂ ਛੜੇ ਤਾਂ ਐਦਾਂ ਹੋਣੀ ਨਹੀਂ ਨਾ ਦੇਣਾ ਅਸੀਂ ਤਾਂ ਕਲਾਸਮੇਟ ਤੇ ਆ ਜਾਣਾ ਵਾਪੇ ਸੋ ਕਲਾਸਮੇਟ ਗਾਣੇ ਦੀ ਸਟੋਰੀ ਜਾਨਣਾ ਚਾਹਾਂਗੇ ਪਹਿਲੇ ਮੈਂ ਹਾਂ ਕਲਾਸਮੇਟ ਗੀਤ ਦੀ ਸਟੋਰੀ ਤੇ ਇਹ ਹੈ ਵੀ ਜਦੋਂ ਇਹ ਗੀਤ ਲਿਖਿਆ ਹਮ ਇਹ ਮਤਲਬ ਬਾਈ ਜੀ ਨੇ ਮੌਕੇ ਤੇ ਲਿਖਿਆ ਗੀਤ ਰਾਤ ਨੂੰ ਰਾਤ ਨੂੰ ਲਿਖਿਆ ਤੁਸੀਂ ਨਾਲ ਸੀਗੇ ਹਾਂਜੀ ਮੈਂ ਨਹੀਂ ਮੈਂ ਘਰੇ ਛੱਡ ਕੇ ਆਇਆ ਉਹਨਾਂ ਨੂੰ ਤੇ ਬਡਰੁਖੀ ਪਿੰਡ ਤੇ ਮੈਂ ਉਦੋਂ ਸੰਗਰੂਰ ਰਹਿੰਦਾ ਹੁੰਦਾ ਜੀ ਬਾਈ ਜੂਰਾ ਕੋਲੇ ਤੇ ਅਸੀਂ ਜੋ ਉੱਥੇ ਕੋਠੀ ਸੀ ਸੰਗਰੂਰ ਦੇ ਵਿੱਚ ਤੇ ਸਵੇਰੇ ਬਾਈ ਜੀ ਆਏ ਮੈਨੂੰ ਕਹਿੰਦੇ ਇਹ ਵੀ ਚੀਨੇ ਯਾਰ ਆਪਾਂ ਕਾ ਲਿਖਿਆ ਮਿਸਥਾਈ ਅੰਤਰਾ ਤੇ ਇਹਦੀ ਕੰਪੋਜੀਸ਼ਨ ਬਣਾ ਜਦੋਂ ਮੈਂ ਕੰਪੋਜੀਸ਼ਨ ਬਣਾਉਣ ਮਤਲਬ ਬਣਾਈ ਤੇ ਉਹ ਪਹਿਲੇ ਵਾਰੀ ਮਤਲਬ ਜਿਸ ਤਰ੍ਹਾਂ ਕੋਈ ਪ੍ਰਮਾਤਮਾ ਦੀ ਕਿਰਪਾ ਹੁੰਦੀ ਉਹ ਬਣ ਗਈ ਤੇ ਮੈਨੂੰ ਬਾਹਰੋਂ ਭੱਜਿਆ ਇਹ ਮੈਨੂੰ ਕਹਿੰਦੇ ਭਾਈ ਡੰਨ 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 ਚੀਨੇ ਕਹਿੰਦੇ ਓਕੇ ਉਦੋਂ ਮਤਲਬ ਕਿ ਛੋਟੀ ਟੇਪ ਹੁੰਦੀ ਸੀ ਉਹ ਰਿਕਾਰਡ ਰਿਕੋਰਡਿੰਗ ਵਾਲੀ ਉਹਦੇ ਵਿੱਚ ਰਿਕਾਰਡ ਕਰ ਲਈ ਵੋਕਲ ਮੇਰੀ ਤੇ ਕਰਕੇ ਬਸ ਉਹ 5 ਮਿੰਟ ਚ ਗੀਤ ਬਣ ਗਿਆ ਦੀ ਇਹ ਕਲਾਸਮੇਟ ਹਾਂਜੀ ਤੇ 5 ਮਿੰਟ ਚ ਸੁਣਾ ਵੀ ਦਿਓ ਹੋ ਚੰਨ ਆ ਗਈਆਂ ਕਲਾਸਮੇਟ ਮੇਰੀਆਂ ਆ ਗਈਆਂ ਕਲਾਸਮੇਟ ਮੇਰੀਆਂ ਹੋ ਚੰਨ ਆ ਗਈਆਂ ਕਲਾਸਮੇਟ ਮੇਰੀਆਂ ਵਿਹਾੜਾ ਚੱਲ ਨਾ ਖਿਲਾਰੇ ਦੀ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਾਏ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਾਂ ਸੋ ਤੁਹਾਡੀ ਵੋਕਲ ਅੱਜ ਕਹਿੰਦੇ ਨੇ ਵੀ ਹਿੱਕ ਦੀ ਜ਼ੋਰ ਤੇ ਗਾਉਣ ਵਾਲੇ ਬੜੇ ਘੱਟ ਰਹਿ ਗਏ ਨੇ ਅਖਾੜਿਆਂ 'ਚ ਹੀ ਵੈਸੇ ਜਿਹੜੀ ਚੀਜ਼ ਆ ਜ਼ਿਆਦਾ ਫੀਲ ਕੀਤੀ ਜਾ ਸਕਦੀ ਹੈ ਕਿੰਨੀ ਕ ਗਿਰਾਵਟ ਆਈ ਜਦੋਂ ਥੋੜਾ ਜਿਹਾ ਕੰਮ ਰੁਕਿਆ ਸ਼ੋਅਸ ਦੇ ਵਿੱਚ ਕਹਿ ਲਈਏ ਜਾਂ ਪੇਮੈਂਟਸ ਦੇ ਵਿੱਚ ਕਹਿ ਲਈਏ ਕਿ ਉਹ ਡਾਊਨਫਾਲ ਵੀ ਤੁਸੀਂ ਫੇਸ ਕੀਤਾ ਹੈ ਬਿਲਕੁਲ ਜੀ ਬਿਲਕੁਲ ਮੈਂ ਮਤਲਬ 10 10000 ਵੀ ਪ੍ਰੋਬਲਮ ਲਾਇਆ ਹੋਇਆ 11 11000 ਵੀ ਮੇਲੇ ਤੇ ਜਾਣਾ ਮਜਿਸ਼ੀਨ ਉੱਥੇ ਲੱਗੇ ਹੋਣੇ ਜਿਵੇਂ ਤੁਸੀਂ 4 4 ਘੰਟੇ ਗਾਉਂਦੇ ਹੋ ਹਾਂ ਜੀ ਉੱਥੇ ਮਤਲਬ ਕੁੜੀ ਵੀ ਨਾਲ ਹੋਣੀ ਉਹਦੇ ਨਾਲ ਵੀ ਮਤਲਬ ਵਿਚਾਰੀ ਨਾਲ ਸਮਝੌਤਾ ਕਰਨਾ ਵੀ ਚਲ ਵੀਰੇ ਤੋਂ ਘੱਟ ਲੈ ਲਿਆ ਪੈਸੇ ਹੂੰ ਵੀ ਆਪਾਂ ਨੂੰ 11000 ਰੁਪਏ ਹੀ ਮਿਲਿਆ ਕੋਈ ਗੱਲ ਨਹੀਂ ਇਹ ਛੋਟ ਜਸਟ ਕਰਨਾ ਪੈਣਾ ਦੋ ਕੋਰਸ ਵਾਲੇ ਹੋਣੇ ਜੀ ਫਿਰ ਆਪਦੀ ਗੱਡੀ ਦਾ ਖਰਚਾ ਹੋਣਾ ਕਈ ਵਰੀ ਦਾ ਮਤਲਬ ਜੇ ਬਿਹਾਬ ਕਰਨਾ ਉਹ ਮਤਲਬ 11 ਚੋਂ ਜਾਂ 12 ਚੋਂ ਤਾਂ 1100 ਰੁਪਏ ਬਚਣਾ ਜਾਂ 1500 ਬਚਣਾ ਜੀ ਫਿਰੋਦ ਨਹੀਂ ਬਸ ਟਾਈਮ ਬਸ ਕਰਦੇ ਰਹੇ ਤੁਸੀਂ ਕਿਹਾ ਵੀ ਤੰਗੀ ਇੱਥੋਂ ਤੱਕ ਆ ਚੁੱਕੀ ਸੀ ਵੀ ਪੀਟੀਸੀ ਦੇ ਲੈਵਲ ਤੱਕ ਸੋਚਣਾ ਵੀ ਸੋਚ ਬਣਦੀ ਸੀ ਪਰ ਹੱਥ ਨਹੀਂ ਸੀ ਪਹੁੰਚ ਪਾਉਂਦਾ ਤੇ ਦੂਰਦਰਸ਼ਨ ਦੇ ਵਿੱਚ ਵੀ ਕੰਮ ਕਰਨਾ ਪਿਆ ਤੁਹਾਨੂੰ ਬਿਲਕੁਲ ਬਿਲਕੁਲ ਤੇ ਇੱਦਾਂ ਵੀ ਹੁੰਦਾ ਸੀਗਾ ਵੀ ਕਈ ਫੋਨ ਚੁੱਕ ਲੈਂਦੇ ਸੀ ਪਰ ਲਾਰੇ ਲਾ ਦਿੰਦੇ ਸੀ ਤੇ ਕਈ ਫੋਨ ਚੁੱਕਦੇ ਹੀ ਨਹੀਂ ਸੀ ਤੇ ਉਦੋਂ ਤੁਹਾਨੂੰ ਇੱਕ ਤੋਂ ਬਾਅਦ ਇੱਕ ਨਾਮੋਸ਼ੀਆਂ ਤੇ ਇੱਕ ਤੋਂ ਬਾਅਦ ਇੱਕ ਰਿਜੈਕਸ਼ਨਸ ਜਿਹੜੀਆਂ ਲਾਈਫ ਦੇ ਵਿੱਚ ਵੇਖਣ ਨੂੰ ਮਿਲੀਆਂ ਜਦਕਿ ਤੁਸੀਂ ਇੱਕ ਹਿੱਟ ਕਲਾਕਾਰ ਬਣ ਚੁੱਕੇ ਸੀ ਬਿਲਕੁਲ ਜੀ ਜ਼ਿੰਦਗੀ ਦੇ ਵਿੱਚ ਬੜੇ ਉਤਰਾ ਚੜਾ ਆਉਂਦੇ ਆਉਂਦੇ ਰਹਿੰਦੇ ਬੰਦੇ ਤੇ ਜਿਹੜੇ ਯੈਸ ਕਰਦੇ ਸੀ ਵੀ ਯਾਰ ਦਰਾ ਨਵਾਂ ਕੰਮ ਕਰ ਰਹੇ ਆ ਜਾ ਜਾ ਕੇ ਜਾਣਾ ਜਾਂ ਮਿਲਣਾ ਨਾ ਜਾਂ ਮਤਲਬ ਬੁਲਾ ਕੇ ਆਪ ਹੋਣੇ ਨਾ ਉੱਥੇ ਫੋਨ ਕਰਨਾ ਗਏ ਨੇ ਜੈਨੀ ਜੀ ਕੱਲ ਨੂੰ ਆਏ ਜੀ ਪਰਸੋਂ ਆਏ ਜੀ ਕੱਲ ਨੂੰ ਆਏ ਜੀ ਫੇਰ ਉਥੋਂ ਮਸ਼ੀਨਾ ਮੋੜਨਾ ਹੂੰ ਵੀ ਕੰਮ ਨਹੀਂ ਬਣਿਆ ਆ ਗਿਆ ਫੇਰ ਕਰੇ ਮਤਲਬ ਇੱਕ ਬੰਦੇ ਨੂੰ ਐ ਹੋ ਜਾਂਦਾ ਵੀ ਅਫਸੋਸ ਹੁੰਦਾ ਹੂੰ ਪਰ ਫਿਰ ਮੈਂ ਮਤਲਬ ਆਪਦੀ ਮਿਹਨਤ ਨਹੀਂ ਛੱਡੀ ਜੀ ਮਿਹਨਤ ਅੱਜ ਵੀ ਮੈਂ ਉਹਦਾ ਘੰਟਾ 2 ਘੰਟੇ ਮਤਲਬ ਕਰਨੀ ਕਰਨੀ ਅਖੀਰਲੀ ਵਾਰ ਦਿਲੋਂ ਖਿੜਖਿੜਾ ਕੇ ਕਦੋਂ ਖੁਸ਼ ਹੋਏ ਸੀਗੇ ਕਿਸੇ ਗੱਲ ਨੂੰ ਪ੍ਰੋਜੈਕਟ ਨੂੰ ਜਾਂ ਘਰਦਿਆਂ ਦੇ ਮਾਹੌਲ ਨੂੰ ਲੈ ਕੇ ਯਾਦ ਹੈ ਖੁਸ਼ੀ ਜਿੰਦਗੀ 'ਚ ਬੜੇ-ਬੜੇ ਵਰੀ ਆਈ ਖੁਸ਼ੀ ਤਾਂ ਜਦੋਂ ਮਤਲਬ 8 ਚ ਆਈ ਸੀ ਖੁਸ਼ੀ ਬਹੁਤ ਵੱਡੀ ਹੂੰ ਬੇਟਾ ਹੋਇਆ ਮੇਰੀ ਕੈਸਡ ਹਿੱਟ ਸੀ ਪੂਰੀ ਉਦੋਂ ਅ ਵਿਛੋੜਾਗੀ ਚੱਲ ਰਿਹਾ ਸੀ ਜੀ ਪੂਰਾ ਸਪੋਰਟ ਉੱਪਰ ਸੀ ਅਸੀਂ ਸ਼ੂਟ ਕਰਨ ਗਏ ਸੀ ਇਧਰ ਮਤਲਬ ਨੰਗਲ ਡੈਮ ਕੀਤਾ ਸੀ ਕੀ ਤੋਂ ਪਿੰਦਰ ਭਾਗੜਾ ਦੇ ਤੇ ਉਦੋਂ ਜਦੋਂ ਮੈਂ ਉਧਰੋਂ ਪੂਰਾ ਹਿੱਟ ਸੀਗਾ ਉਧਰੋਂ ਮੈਨੂੰ ਮਤਲਬ ਮੈਸੇਜ ਮਿਲ ਗਿਆ ਵੀ ਭਾਈ ਬੇਟਾ ਹੋ ਗਿਆ ਹੂੰ ਤੇ ਬਸ ਫਿਰ ਸਭ ਤੋਂ ਵੱਧ ਖੁਸ਼ੀ ਹੋਈ ਸੀ ਤੇ ਅਖੀਰਲੇ ਵਾਰ ਦਿਲ ਹੌਲਾ ਕਰਕੇ ਮਤਲਬ ਅਖੀਰਲੇ ਵਾਰ ਦਿਲ ਕਦੋ ਹੌਲਾ ਹੋਇਆ ਜਦੋਂ ਤੁਸੀਂ ਇਸ ਗੱਲ ਨੂੰ ਆਈ ਏਮ ਐਕਸੈਪਟ ਹੀ ਨਹੀਂ ਕਰ ਪਾਰੇ ਸੀ ਕਿ ਸਭ ਠੀਕ ਹੈ ਹਾਂ ਐਕਚੁਅਲੀ ਲੌਕਡਾਊਨ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਮਤਲਬ ਟੁੱਟ ਗਿਆ ਤਾਂ ਹਾਂ ਬਿਲਕੁਲ ਟੁੱਟ ਗਿਆ ਸੀ ਕੋਈ ਇਨਕਮ ਦਾ ਸੋਰਸ ਹੈ ਨਹੀਂ ਜੀ ਮੇਰੇ ਕੋਲੇ ਕੋਈ ਜ਼ਮੀਨ ਨਹੀਂ ਕੋਈ ਪ੍ਰਾਪਰਟੀ ਨਹੀਂ ਬਸ ਘਰ ਆਪਣਾ ਆਪਣਾ ਆਪ ਦਾ ਜੀ ਉਦੋਂ ਮੈਂ ਟੁੱਟ ਗਿਆ ਫਿਰ ਇੱਕ ਹਿੱਟ ਹੋ ਕੇ ਬੰਦੇ ਨੂੰ ਕੰਮ ਕਰਨਾ ਕਿਸੇ ਦੇ ਅੰਡਰ ਬਹੁਤ ਔਖਾ ਵਜਾ ਮੈਂ ਫਿਰ ਆਪਾਂ ਕਿਤੇ ਜੌਬ ਨਹੀਂ ਕਰ ਸਕਦੇ ਸੀ ਕਿਤੇ ਕੁਝ ਨਹੀਂ ਕਰ ਸਕਦੇ ਸੀ ਫਿਰ ਉਦੋਂ ਮਤਲਬ ਬਹੁਤ ਜ਼ਿਆਦਾ ਹੋ ਕੀਤਾ ਤੇ ਕਿਸ ਤਰ੍ਹਾਂ ਉਹ ਦਿਨਾਂ ਦਾ ਗੁਜ਼ਾਰਾ ਜਿਹੜਾ ਉਹ ਉਸ ਦਿਨਾਂ ਦਾ ਗੁਜ਼ਾਰਾ ਬਸ ਮੈਂ ਤੁਹਾਨੂੰ ਦੱਸ ਕੇ ਰਹਿਟਾਂ ਪਰ ਉਹਨਾਂ ਨੇ ਬਵਾ ਨਹੀਂ ਹਾਂ ਯਾਰਾਂ ਦੋਸਤਾਂ ਨੇ ਉਹ ਕੀਤੀ ਮਦਦ ਤੇ ਫਿਰ ਉਦੋਂ ਬਾਅਦ ਮੇਲੇ ਚੱਲ ਪਏ ਪ੍ਰੋਗਰਾਮ ਚੱਲ ਪਏ ਬਸ ਫਿਰ ਹੁਣ ਅੱਛਾ ਮੇਲਿਆਂ ਦਾ ਮਾਹੌਲ ਹੈ ਦੱਸੋ ਪਹਿਲੇ ਕਿੰਨਾ ਕੁ ਬਦਲਿਆ ਹੈ ਮੇਲਿਆਂ ਦਾ ਮਾਹੌਲ ਬਦਲ ਗਿਆ ਕਿੰਨਾ ਕੁ ਉਹ ਪਹਿਲਾਂ ਸੁਣਨ ਵਾਲੇ ਹੁੰਦੇ ਸੀ ਅੱਛਾ ਜੀ ਉਹ ਜਿਹੜੇ ਸਰੋਤੇ ਹੁੰਦੇ ਸੀ ਉਹ ਸੁਣਨ ਵਾਲੇ ਹੁੰਦੇ ਸੀ ਹੁਣ ਮਤਲਬ ਸੁਣਦੇ ਘੱਟ ਹੈ ਸ਼ੋਸ਼ ਰੱਬਾ ਜ਼ਿਆਦਾ ਹੂੰ ਮਤਲਬ ਮਤਲਬ ਮਾਹੌਲ ਸਾਰਾ ਚੇਂਜ ਹੋ ਗਿਆ ਮੈਟਰੀ ਸਾਰਾ ਚੇਂਜ ਚੇਂਜ ਹੋ ਗਿਆ ਜੇ ਤੁਸੀਂ ਮਤਲਬ ਬੰਦੂਕ ਵਾਲਾ ਗੀਤ ਨਾ ਗਾਓਗੇ ਸਟੇਜ ਤੇ ਜਾਂ ਕੋਈ ਨਹੀਂ ਨਵਾਂ ਦਿੰਦੇ ਤਾਂ ਤੁਹਾਨੂੰ ਲੋਕ ਮਤਲਬ ਉਹ ਕਰ ਦਿੰਦੇ ਆ ਜੇ ਹੁਣ ਫਿਰ ਤੁਹਾਨੂੰ ਪਤਾ ਹੀ ਹੈ ਜੀ ਜਿਹਨ ਗੰਨਾਂ ਵਾਲੇ ਕੀ ਦਗਾਵਾਗੇ ਤਾਂ ਫਿਰ ਤੁਸੀਂ ਰਾਤੇ ਰਾਤ ਹਟੋ ਜਾਨਨੇ ਹੋ ਹਾਂ ਤੇ ਜਿਹੜੇ ਕੋਈ ਤੁਸੀਂ ਵਧੀਆ ਮੈਟਰ ਲੈ ਕੇ ਆਉਂਗੇ ਤਾਂ ਵਧੀਆ ਚੱਲਦੇ ਵੀ ਨਹੀਂ ਹੂੰ ਜੀ ਤੇ ਕੀ ਐਦਾਂ ਵੀ ਕਦੀ ਹੋਇਆ ਕਿ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਤੇ ਸਾਹਮਣੇ ਖੜਨ ਵਾਲੇ ਤੁਹਾਨੂੰ ਇੰਨਾ ਜ਼ਿਆਦਾ ਡੀਮੋਟੀਵੇਟ ਕਰ ਚੁੱਕੇ ਨੇ ਬਾਵਜੂਦ ਇਸ ਦੇ ਕਿ ਉਹਨਾਂ ਦਾ ਰਵੱਈਆ ਤੁਹਾਡੇ ਪ੍ਰਤੀ ਅੱਛਾ ਨਹੀਂ ਹੈ ਜਾਂ ਇੱਜ਼ਤ ਜਿਹੜੀ ਆ ਉਹਨਾਂ ਦੀ ਅੱਖਾਂ 'ਚ ਨਜ਼ਰ ਨਹੀਂ ਆ ਰਹੀ ਹੈ ਜਾਂ ਉਹਨਾਂ ਵੱਲੋਂ ਮੰਦੀ ਸ਼ਬਦਾਵਲੀ ਤੁਹਾਨੂੰ ਬੋਲੀ ਜਾ ਰਹੀ ਹੈ ਬਾਵਜੂਦ ਉਸ ਦੇ ਤੁਹਾਨੂੰ ਆਪਣਾ ਪ੍ਰੋਗਰਾਮ ਪੂਰਾ ਕਰਨਾ ਪੈ ਰਿਹਾ ਹਾਂ वैसे ता मतलब गांव ਦੇ ਪੱਖੇ ਪੱਖ ਤੋਂ ਜੇ ਦੇਖੀਏ ਤਾਂ ਪਰਮਾਤਮਾ ਨੇ ਕਹਿਆ ਹੈ ਜਾਂ ਨਹੀਂ ਨਹੀਂ ਲੈ ਕਹਿੰਦਾ ਮੇਰੇ ਨਾਲ ਇੱਕ ਵਾਰ ਚਾਂਸ ਹੋਇਆ ਅੰਮ੍ਰਿਤਸਰ ਪ੍ਰੋਗਰਾਮ ਸੀ ਤੇ ਮੈਂ ਲੇਟ ਹੋ ਗਿਆ ਸੀ ਲੇਟ ਹੋ ਗਿਆ ਸੀ ਪ੍ਰੋਗਰਾਮ ਮੇਲੇ ਦਾ ਸੀ ਕਾਫੀ ਕਲਾਕਾਰ ਸੀ ਤੇ ਚਲੋ ਮੇਨ ਮਤਲਬ ਮੈਂ ਸੀ ਉੱਥੇ ਉੱਥੇ ਮੈਂ ਲੇਟ ਹੋਇਆ ਉੱਥੇ ਬਸ ਥੋੜਾ ਜਿਹਾ ਮੈਨੂੰ ਐ ਲੱਗਿਆ ਵੀ ਯਾਰ ਇਹ ਮਤਲਬ ਮੈਂ ਆ ਵੀ ਗਿਆ ਗਾ ਵੀ ਰਿਹਾ ਆਉਦਾ ਮਤਲਬ ਪਰਫਾਰਮੈਂਸ ਦੇ ਰਿਹਾ ਪੂਰੀ ਮੈਂ ਵੀ ਮੈਂ ਲੇਟ ਹੋਣ ਦੇ ਬਾਵਜੂਦ ਹੀ ਮੈਂ ਇਹਨਾਂ ਨੂੰ ਮਤਲਬ ਤਸੱਲੀ ਕਰਾ ਰਿਹਾ ਤੇ ਮੈਨੂੰ ਉੱਥੇ ਬਸ ਥੋੜਾ ਜਿਹਾ ਮੈਸੂਜਾ ਹੋਇਆ ਇੱਕ ਸਿਰਫ ਇੱਕ ਪ੍ਰੋਮ ਲਾਈਫ ਦੇ ਵਿੱਚ ਜੀ ਅੱਛਾ ਜੀਨਾ ਜੀ ਪੁਰਾਣੇ ਕਲਾਕਾਰਾਂ ਦਾ ਸੁਭਾਅ ਬਿਲਕੁਲ ਵੱਖਰਾ ਹੀ ਵੇਖਿਆ ਜਾਂਦਾ ਹੈ ਹੈਨਾ ਹਾਂਜੀ ਹਾਂਜੀ ਮੈਂ ਨਹੀਂ ਦੇਖਿਆ ਕਿ ਉਹਨਾਂ ਦੇ ਵਿੱਚ ਕੋਈ ਬਹੁਤ ਹੋਵੇ ਵੀ ਇਹਨੇ ਇਹ ਕੀਤਾ ਤੇ ਮੈਂ ਵੀ ਇਹ ਕਰਾਂ ਤੇ ਦਿਖਾਵਾ ਘਟਿਆ ਆਪਣੇ ਕੰਮ ਲਈ ਪਿਆਰ ਜ਼ਿਆਦਾ ਦੇਖਿਆ ਜਾਂਦਾ ਹੈ ਹੈਨਾ ਕਿੰਨਾ ਕੁ ਤੁਸੀਂ ਡਿਫਰੈਂਸ ਮਹਿਸੂਸ ਕਰਦੇ ਹੋ ਆਪਣੀ ਪੀੜ੍ਹੀ ਦੇ ਕਲਾਕਾਰਾਂ ਦੇ ਵਿੱਚ ਤੇ ਅੱਜ ਕੱਲ ਦਾ ਜਿਹੜਾ ਯੂਥ ਕਲਾਕਾਰ ਆ ਸੀ ਇੰਡਸਟਰੀ ਦੇ ਵਿੱਚ ਸਿਨੇਮਾ ਦੇ ਵਿੱਚ ਵੇਖ ਰਹੇ ਆ ਉਹਨਾਂ ਦੀ ਗਾਇਕੀ ਦੇ ਵਿੱਚ ਤੇ ਆਪਣੀ ਗਾਇਕੀ ਦੇ ਵਿੱਚ ਕਿੰਨਾ ਅੰਤਰ ਵੇਖਦੇ ਹੋ ਤੇ ਸੁਭਾਵਿਕ ਤੌਰ ਤੇ ਵੀ ਤੁਸੀਂ ਕੀ ਡਿਫਰੈਂਸ ਫੀਲ ਕੀਤਾ ਹੈ ਡਿਫਰੈਂਟ ਇਹ ਵੀ ਅੱਜ ਦੇ ਮੁੰਡਿਆ ਇਹ ਨਹੀਂ ਗੱਲ ਵੀ ਮਾੜਾ ਮਾੜਾ ਗਾਉਂਦੇ ਆ ਬਹੁਤ ਮਿਹਨਤ ਕਰ ਰਹੇ ਨੇ ਇਹ ਗੱਲ ਮਿਹਨਤ ਕਰਕੇ ਆ ਰਹੇ ਨੇ ਹਿੱਟ ਦੇ ਰਹੇ ਨੇ ਅੱਛਾ ਸਿਨੇਮਾ ਉੱਪਰ ਜਿਹੜੇ ਮੁੰਡੇ ਨਵੇਂ ਆਏ ਆ ਮਤਲਬ ਹੁਣ ਮਤਲਬ ਚੱਲ 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 ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਸਾਰੇ ਮੁੰਡੇ ਬਹੁਤ ਵਧੀਆ ਕਰ ਰਹੇ ਨੇ ਮੈਟਰ ਚਲੋ ਹਾਂ ਚਲੋ ਗੱਲ ਮੈਟਰ ਦੀ ਹੈ ਮੈਟਰ ਜੇ ਕਿਤੇ ਥੋੜਾ ਜਿਹਾ ਮੇਰੀ ਦਾ ਇਹ ਹੈ ਵੀ ਥੋੜਾ ਜਿਹਾ ਚੇਂਜ ਕਰ ਲੈਣ ਤਾਂ ਵਧੀਆ ਹੋ ਜਾਊਗਾ ਉਸ ਬਦਲਾਅ ਦੇ ਵਿੱਚ ਚੀਨਾ ਜੀ ਬਤੌਰ ਕਲਾਕਾਰ ਕੀ ਵੇਖਦੇ ਨੇ ਕੀ ਤੂੰ ਤੁਹਾਡਾ ਮੈਂ ਜਿੰਨਾ ਕ ਨਜ਼ਰੀਆ ਸਮਝਿਆ ਤੁਸੀਂ ਗਲ ਗਨ ਕਲਚਰ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਬਿਲਕੁਲ ਜੀ ਬਿਲਕੁਲ ਜੀ ਤੇ ਕੀ ਹੋਣਾ ਚਾਹੀਦਾ ਫਿਰ ਮਤਲਬ ਹੋਰ ਵਿਸ਼ੇ ਬਹੁਤ ਹੈ ਜੀ ਪੰਜਾਬ ਦੇ ਵਿੱਚ ਗੀਤਕਾਰ ਵੀ ਮਤਲਬ ਕੁਝ ਵੀ ਤੁਸੀਂ ਗੀਤਕਾਰ ਤੋਂ ਤੁਸੀਂ ਕੁਝ ਵੀ ਲਿਖਵਾ ਸਕਦੇ ਹੋ ਹਮ ਕੁਝ ਵੀ ਜੀ ਕੋਈ ਜ਼ਰੂਰੀ ਨਹੀਂ ਮਤਲਬ ਵੀ ਆਪਾਂ ਜਾਂ ਨਸ਼ੇ ਤੇ ਜਾਂ ਗਨ ਤੇ ਵੀ ਆ ਪੈਸੇ ਤੇ ਹੋਰ ਵਿਸ਼ੇ ਬਹੁਤ ਬਈ ਨੇ ਜੀ ਸੋ ਇਸੇ ਗਨ ਕਲਚਰ ਨੇ ਤੁਹਾਡੇ ਮਾਨਸੇ ਬਠਿੰਡੇ ਦਾ ਇੱਕ ਨੌਜਵਾਨ ਉਹ ਕਲਾਕਾਰ ਲੈ ਲਿਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਸ ਸਮਾਂ ਵੀ ਸਾਰੇ ਦੇ ਦਿਨਾਂ ਚ ਤਾਂ ਸਭ ਪੰਜਾਬੀਆਂ ਨੂੰ ਅਫਸੋਸ ਹ ਸਾਡੇ ਛੋਟੇ ਵੀਰ ਦਾ ਨਾ ਜੀ ਤੇ ਸੰਤਾਪ ਹੰਡਾਈ ਜਾਂਦੇ ਆਪਾਂ ਹੁਣ ਵੀ ਹੰਡਾ ਰਹੇ ਹ ਹ ਉਹ ਚੀਜ਼ ਦਾ ਕੁਸ਼ਨ ਮਤਲਬ ਬਾਕੀ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹੀ ਹੋਣਾ ਪ੍ਰਮਾਤਮਾ ਮੇਰੇ ਵੀਰ ਨੂੰ ਸੱਚੇ ਪਾਤਸ਼ਾਹ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਅੱਛਾ ਵੈਸੇ ਤਾਂ ਹੁਣ ਸਰਕਾਰ ਵੱਲੋਂ ਵੀ ਇਹ ਚੀਜ਼ ਹੋਣ ਲੱਗੇ ਕਿ ਗਨ ਕਲਚਰ ਨੂੰ ਪ੍ਰੋਮੋਟ ਕਰਨ ਵਾਲੇ ਜਿਹੜੇ ਵੀ ਗੀਤ ਹੈ ਉਹ ਸ਼ਬਦਾਵਲੀ ਨੂੰ ਨਹੀਂ ਅੱਗੇ ਜਿਹੜਾ ਹੈ ਉਹ ਪਲੇਟਫਾਰਮ ਦਿੱਤਾ ਜਾਏਗਾ ਜਾਂ ਘਟਾਇਆ ਜਾਏਗਾ ਜਾਂ ਖਤਮ ਕੀਤਾ ਜਾਏਗਾ ਪਰ ਮੈਂ ਮੇਰੀ ਇੱਕ ਗੱਲ ਸੁਣੋ ਤੁਸੀਂ ਖੁਦ ਕਹਿੰਨੇ ਹੋ ਵੀ ਲੋਕਾਂ ਦੀ ਕਾਫੀ ਹੱਦ ਤੱਕ ਫਰਮਾਇਸ਼ ਹੈ ਇਹਦੇ ਗੁੱਸਾ ਕਰਦੇ ਆ ਜੇਕਰ ਉਹਨਾਂ ਦੀ ਕਹੇ ਤੇ ਨਾ ਗਾਓ ਤਾਂ ਫਿਰ ਕਿਸ ਤਰ੍ਹਾਂ ਦੇ ਗੀਤ ਜਿਹੜੇ ਨੇ ਤੁਹਾਡੇ ਵੱਲੋਂ ਪਲੇਟਫਾਰਮ ਤੇ ਆਉਣਗੇ ਤੇ ਲੋਕੀ ਐਕਸੈਪਟ ਵੀ ਕਰਨਗੇ ਹਾਂ ਕੁਝ हटके ਹੋਊਗਾ ਜਿਹੜੇ ਵੀ ਗੀਤ ਮਤਲਬ ਆਗੇ ਮੈਂ ਗਾ ਨਹੀਂ ਸਕਦਾ ਮੈਂ ਜਿਹੜੇ ਡੱਬ ਕਰਤੇ ਮੈਂ ਜੀ ਤੇ ਮੇਰੇ ਜਿਹੜਾ ਪਹਿਲਾ ਮੈਟਰ ਹੈ ਪਹਿਲਾ ਵਾਲੇ ਮੈਟਰ ਵਾਂਗੂ ਹੀ ਹੋਊਗਾ ਸਾਰਾ ਸੱਭਿਆਚਾਰਕ ਹੋਊਗਾ ਸੀ ਆਪਦੇ ਧੀਆਂ ਭੈਣਾਂ ਚ ਮਾਂ ਬਾਪ ਚ ਜੀ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੀਏ ਦੇਖ ਸਕੀਏ ਗਾਣਾ ਹੋਵੇ ਜੀ ਸੋ ਮਤਲਬ ਆਪਾਂ ਅੰਦਾਜ਼ਾ ਲਗਾ ਸਕਦੇ ਆ ਵੀ ਬਾਈ ਬਾਈ ਵਰਗੇ ਜਾਂ ਬਠਿੰਡਾ ਵਰਗੇ ਹਾਂ ਰੋਮਾਂਟਿਕ ਸੈਡ ਮਤਲਬ ਉਹੀ ਟੱਚ ਉਹੀ 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 ਫਲੇਵਰ ਹੋਊਗਾ ਐ ਜੀ ਸੋ ਤੁਸੀਂ ਹੁਣ ਗੱਲ ਕੀਤੀ ਐ ਇਮੋਸ਼ਨਸ ਦੀ ਤੇ ਵਿਛੋੜਾ ਗਾਣਾ ਸੀ ਤੁਹਾਡੇ ਕੋਲ ਸੁਣਿਆ ਨਾ ਇਹ ਤਾਂ ਬਿਲਕੁਲ ਹੀ ਨਾ ਇਨਸਾਫੀ ਵਾਲੀ ਗੱਲ ਹੈ ਹਾਂ ਇਸ ਗੀਤ ਨੇ ਮਤਲਬ ਮੈਨੂੰ ਜਿਹੜਾ ਸ਼ਮਸ਼ੇਰ ਚੀਨਾ ਬਣਾਇਆ ਜ਼ਿਆਦਾ ਹੂੰ ਮਤਲਬ ਪਹਿਚਾਨ ਤਾਂ ਚਲੋ ਸਾਰੇ ਗੀਤ ਹਟੋਏ ਜਿਹੜਾ ਵਿਛੋੜਾ Song ਹੈ ਇਸ ਗੀਤ ਨੇ ਮਤਲਬ ਮੈਨੂੰ ਜ਼ਿਆਦਾ ਜਿਹੜੀ ਪਹਿਚਾਨ ਦਿੱਤੀ ਅੱਜ ਵੀ ਲੋਕ ਮਤਲਬ ਹੋ ਜਾਂਦਾ ਵਗਲਾ ਜਦੋਂ ਕੋਈ ਗੱਲ ਕਰਦਾ ਕਹਿੰਦਾ ਉਹ ਜਾਂਦਾ ਵਿਛੋੜੇ ਵਾਲਾ ਜੀ ਉਹ ਚੀਨਾ ਨਹੀਂ ਕਹਿੰਦਾ ਕਹਿੰਦਾ ਵਿਛੋੜੇ ਵਾਲਾ ਜਾਂਦਾ ਹਾਂਜੀ ਤੇ ਲੋ ਸੁਣੋਣ ਲੱਗੇ ਹਾਈ ਫੁੱਲਾ ਵਰ ਗਿਆ ਸਜਣਾ ਵੇ ਇਤੋਂ ਕੀ ਪਰਦੇ ਨੇ ਹਾਏ ਹੁਣ ਕਰ ਦੇ ਮੈਨੂੰ ਵਿਆਉਣ ਦੀਆਂ ਮਿੱਤ ਗੱਲਾਂ ਕਰ ਦੇ ਨੇ ਹਾਏ ਕਰ ਦੇ ਮੈਨੂੰ ਵਿਆਉਣ ਦੀਆਂ ਮਿੱਤ ਗੱਲਾਂ ਕਰ ਦੇ ਨੇ ਹਾਏ ਨੀ ਇਹ ਗੱਲਾਂ ਤੇ ਪਰਦੇ ਦਸ ਗਦ ਪੈਂਦੇ ਹਾਣ ਦੀਏ ਨੀ ਹੁਣ ਲੱਗ ਜੂ ਪਤਾ ਵੀ ਛੋੜਾ ਕੀ ਨੂੰ ਕਹਿੰਦੇ ਹਾਣ ਦੀਏ ਹਾਏ ਹੁਣ ਲੱਗ ਜੂ ਪਤਾ ਵੀ ਛੋੜਾ ਆ ਕੀ ਨੂੰ ਕਹਿੰਦੇ ਹਨ ਦੀ ਏ ਏ ਕੀ ਬਾਤ ਹੈ ਰਿਕਾਰਡਿੰਗ ਦਾ ਪੈਟਰਨ ਕਿੰਨਾ ਕ ਚੇਂਜ ਹੋਇਆ ਹੈ ਹਾਂ ਇਹ 뮤직 ਦੀ ਕਾਫੀ ਚੇਂਜ ਹੋ ਗਿਆ ਪਹਿਲਾਂ ਲਾਈਵ ਹੁੰਦਾ ਸੀ ਸਾਰਾ ਹੁਣ ਅੱਜ ਕੱਲ ਵੈਸਟਰਨ 뮤직 ਚੱਲ ਪਿਆ ਸਾਰਾ ਕੁਛ ਹੈ ਨਾ ਜੀ ਤੇ ਸਾਨੂੰ ਵੀ ਚੇਂਜ ਹੋਣਾ ਪੈਣਾ ਹੀ ਹੈ ਹਮ ਸੋ ਜੇ ਨਵੀਂ ਜਨਰੇਸ਼ਨ ਦਾ ਚੱਲਣਾ ਆ ਫਿਰ ਸਾਨੂੰ ਵੀ ਚੇਂਜ ਮਿਊਜ਼ਿਕ ਵੀ ਸਾਨੂੰ ਚੇਂਜ ਕਰਨਾ ਪੈਣਾ ਤੇ ਮੈਨੂੰ ਪੂਰੀ ਆਸ ਹੈ ਵੀ ਜਿਹੜੇ ਮੇਰੇ ਹੁਣ ਨਵੇਂ ਆ ਰਹੇ ਨੇ ਤੇ ਉਹ ਅਸੀਂ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਹੈ ਉਹਦੀਆਂ ਮਤਲਬ ਸੋਚਾਂ ਤੇ ਪੂਰੇ ਖਰੇ ਉਤਰਾਂਗੇ ਜੀ ਬਿਲਕੁਲ ਬਹੁਤ ਵਧੀਆ ਗੱਲ ਹੈ ਸਾਡੀਆਂ ਦੁਆਵਾਂ ਤੁਹਾਡੇ ਨਾਲ ਸੋ ਕੁਝ ਅਜੇ ਹੈ ਜੋ ਦਿਲਚਸਪ ਹੈ ਔਰ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਨਹੀਂ ਤੁਸੀਂ ਪੁੱਛਲੇ ਸਵਾਲ ਬਸ ਸਾਰੇ ਹੀ ਹੋ ਗਏ ਜੀ ਸੋ ਆਪਾਂ ਮਿਊਜ਼ਿਕਲ ਐਂਡਿੰਗ ਹੀ ਕਰਾਂਗੇ ਕਿਉਂਕਿ ਵੈਸੇ ਤੋਂ ਤੁਹਾਡੇ ਗੀਤਾਂ ਦੀ ਲੜੀ ਲੰਬੀ ਹੈ ਬਟ ਬਾਕੀ ਇੰਟਰਵਿਊ ਦੇ ਲਈ ਉਹਨੂੰ ਰੱਖ ਲੈਣੇ ਆ। ਹਾਂਜੀ ਬਿਲਕੁਲ। ਲੇਕਿਨ ਬੰਬੀਹਾ ਬੋਲੇ। ਹਾਂਜੀ। ਹੋ ਤੇਰੇ ਕੀ ਲੱਗਦੇ ਮੁੱਟਿਆਰੇ ਹਏ ਜਿੰਨਾ ਨਾਲ ਤੂੰ ਚੀਲ ਕਿਨਾਰੇ ਤੇਰੇ ਕੀ ਲੱਗਦੇ ਮੁੱਟਿਆਰੇ ਜਿੰਨਾ ਨਾਲ ਤੂੰ ਚੀਲ ਕਿਨਾਰੇ ਬਹਿ ਕੇ ਭਿੰਦੀ ਕੈਂਪੇ ਕੋਲੇ ਨਹੀਂ ਬੰਬੀਹਾ ਬੋਲੇ। ਓ ਦੇਲ ਮਿੱਤਰਾਂ ਦਾ ਡੋਲੇ ਨੀ ਬੰਬੀਹਾ ਬੋਲੇ ਹਏ ਦਿਲ ਮਿੱਤਰਾਂ ਦਾ ਡੋਲੇ ਨੀ ਬੰਬੀਹਾ ਬੋਲੇ ਕੀ ਬਾਤ ਹੈ ਕੀ ਬਾਤ ਹੈ ਬਹੁਤ ਹੀ ਖੂਬ ਅੱਛਾ ਫਿਰ ਤੁਸੀਂ ਕਹਿਣਾ ਗੱਲ ਉੱਥੇ ਹੀ ਆ ਗਈ ਕਿਉਂਕਿ ਸਾਡੀ ਆਡੀਅנס बार-बार ਉੱਥੇ ਕਨੈਕਟ ਕਰ ਲੈਂਦੀ ਬੰਬੀਹਾ ਬੋਲੇ ਗੀਤ ਪਿੱਛੇ ਜਿਹਾ ਆਇਆ ਸੀਗਾ ਹੈਨਾ ਤੁਸੀਂ ਉਹ ਗੀਤ ਸੁਣਿਆ ਬਿਲਕੁਲ ਜੀ ਬਿਲਕੁਲ ਉਹ ਗੀਤ ਸੁਣ ਕੇ ਆਪਣਾ ਗੀਤ yaad ਆਇਆ ਜਾਂ ਤੁਹਾਡੇ ਜ਼ਿਹਨ 'ਚ ਆਇਆ ਵੀ ਦੌਰ ਕਿੰਨਾ ਬਦਲ ਗਿਆ ਹੈ ਹਾਂ ਉਹ ਗੀਤ ਮਤਲਬ ਜਦੋਂ ਆਪਣੇ ਵੀਰ ਨੇ ਗਾਇਆ ਸੀ ਮਤਲਬ 18 ਚ ਮੈਂ ਕੈਨੇਡਾ ਗਿਆ ਹੋਇਆ ਸੀ ਜੀ ਤੇ ਜਦੋਂ ਮੈਂ ਆਇਆ ਤੇ ਉਹ ਮੈਨੂੰ ਮਤਲਬ ਮੈਸੇਜ ਆਉਣ ਲੱਗੇ ਵੀ ਆ ਆਪਣਾ ਜਿਹੜਾ ਪੋਸਟਰ ਵੀ ਬਾਈ ਜੀ ਦਰਾ ਮਤਲਬ ਆ ਗੀਤ ਗਾਦਾ ਸਿੱਧੂ ਮੂਸੇਵਾਲ ਨੇ ਅਮਰਤਮਾਨ ਨੇ ਤੇ ਮੈਨੂੰ ਕੋਈ ਅਫਸੋਸ ਨਹੀਂ ਚਲੋ ਕੰਪੋਜੀਸ਼ਨ ਮੇਰੀ ਸੀ ਜੀ ਤੇ ਲੋਕ ਬੋਲੀ ਹੈ ਇਹ ਬੰਬੀਹਾ ਬੋਲੇ ਆਪਣੀਆਂ ਬੁੜੀਆਂ ਪੰਜਾਬ ਦੀਆਂ ਗਿੱਧਿਆਂ ਚ ਬੋਲੀਆਂ ਪਾਉਂਦੀਆਂ ਇਹਨਾਂ ਨਾਨਕੀਆਂ ਦਾ ਰੜੇ ਬੰਬੀਹਾ ਬੋਲੇ ਤੇ ਚਲੋ ਬੇਦਲ ਸਾਹਿਬ ਨੇ ਵੀ ਸਫਾਈ ਦਿੱਤੀ ਇਸ ਤੇ ਵੀ ਨਹੀਂ ਕੋਈ ਵੀ ਗਾ ਸਕਦਾ ਕੰਪੋਜੀਸ਼ਨ ਜਲੋ ਸੀ ਆਪਣੀ ਸੀ ਪ੍ਰਮਾਤਮਾ ਨੇ ਚਲੋ ਉਹਨੂੰ ਵੀ ਰੰਗ ਭਾਗ ਬਹੁਤ ਲਾਈ ਜੀ ਉਹਨੂੰ ਤਾਂ ਚਲੋ ਲਾਏ ਜਿਹੜੇ ਲਾਏ ਤੁਹਾਡੇ ਵਾਂਗੂ ਜਸਵਿੰਦਰ ਬਰਾੜ ਮੈਮ ਦੀ ਇੱਕ ਕਮਬੈਕ ਹੋਇਆ ਇਸ ਗੀਤ ਤੋਂ ਬਾਅਦ ਕਿਉਂਕਿ ਇੱਕ ਲਾਈਨ ਉਹਨਾਂ ਦੇ ਗੀਤ ਦੇ ਵਿੱਚ ਸੋ ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਦਾ ਇੱਕ ਪਲਾਨ ਜਿਹੜਾ ਪਰਮਾਤਮਾ ਵੱਲੋਂ ਕੀਤਾ ਜਾਂਦਾ ਹੈ ਬਟ ਤੁਸੀਂ ਬਹੁਤ ਵਧੀਆ ਗੱਲ ਕਹੀ ਵੀ ਲੋਕਗੀਤ ਹੈ ਕਿਸੇ ਨੇ ਵੀ ਗਾ ਲਿਆ ਕੀ ਫਰਕ ਪੈਂਦਾ ਸੋ ਕੋਈ ਵੱਡੀ ਗੱਲ ਨਹੀਂ ਸੋ ਬਹੁਤ ਅੱਛੀ ਗੱਲ ਹੈ ਤੇ ਉਮੀਦ ਕਰਦੇ ਜਿੱਦਾਂ ਹੁਣ ਤੁਸੀਂ ਕਿਹਾ ਕਿ ਕੁਝ ਵੱਖਰਾ ਲੈ ਕੇ ਆ ਰਹੇ ਹੋ ਤੁਹਾਡੇ ਗੀਤਾਂ ਦੇ ਵਿੱਚ ਇੱਕ ਵੱਖਰਤਾ ਵੇਖਣ ਨੂੰ ਮਿਲੇਗੀ ਸੋ ਉਹਦੇ ਲਈ ਬਹੁਤ ਸਾਰੀਆਂ ਦੁਆਵਾਂ ਨੇ ਤੇ ਆਡੀਅנס ਨੂੰ ਅਪੀਲ ਹੈ ਕਿ ਜੋ ਵੀ ਕਲਾਕਾਰ ਆਪਣੀ ਮਿਹਨਤ ਦੇ ਨਾਲ ਕੁਝ ਵੱਖਰਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਤੁਹਾਡਾ ਪਿਆਰ ਤੇ ਸਾਥ ਉਸ ਨੂੰ ਮੁਕੰਮਲ ਕਰ ਸਕਦਾ ਸੋ ਆਪਣਾ ਪਿਆਰ ਤੇ ਸਾਥ ਕਲਾਕਾਰ ਦੇ ਨਾਲ ਤੇ ਸੋਹਣੀ ਕਲਾ ਦੇ ਨਾਲ ਬਣਾਏ ਰੱਖੋ ਗੀਤ ਸੁਣਦੇ ਰਹੋ ਤੇ ਖੁਸ਼ ਰਹੋ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਸਸ਼ਕਿਰ ਅਸੀ ਗਾ